ਦਾ ਮਨ ਤੇ ਪ੍ਰੈਸ਼ਰ ਆ ਗਿਆ ਸੀ ਮੇਰੇ ਤੇ ਜੇ ਮੈਂ ਸਾਰੀ ਖੇਤੀ ਦਾ ਆਰਗੈਨਿਕ ਕਰਨ ਦਾ ਫੈਸਲਾ ਹੀ ਲੈ ਲਿਆ ਸੀ ਇਹਨੀ ਵੀ ਕਣਕ ਹੈ ਮੇਰੇ ਕੋਲ ਕੋਈ 4-5 ਕਨਾਲ ਆਈਆਂ ਲਗਭਗ ਇਹ ਸਾਰੀਆਂ ਸ਼ਰਦਤੀ ਕਿਸਮ ਦੇ ਅੰਡਰ ਹਨ ਇਹ ਫਸਲਾਂ ਐ ਨਾਈਟ੍ਰੋਜਨ ਨੂੰ ਸਰਪਲਸ ਕਰਦੇ ਕਰਦੇ ਤਿੰਨ ਦੋ ਸਾਲ ਦਾ ਮੇਰਾ ਤਾਂ ਆਹੀ ਮੇਰੇ ਕੋਲ ਇੱਕ ਵਧੀਆ ਰਿਜ਼ਲਟ ਆਇਆ ਵੀ ਬਹੁਤੀਆਂ ਖਾਦਾਂ ਬਿਨਾਂ ਦੋ ਤੁਸੀਂ ਪ੍ਰੋਪਰ ਬਹਾਈ ਕਰਦੇ ਰਹੋ ਇਹਦੀ ਤੋਂ ਮੈਂ ਜਾਵੇ ਖੇਤੀ ਕਰਨ ਲੱਗਿਆ ਮੇਰੇ ਤਾਂ ਖੇਤਾਂ 'ਚ ਕੀੜਾ ਹੀ ਬਹੁਤ ਘਟ ਗਏ ਤੇ ਜਿੰਨੇ ਅਸੀਂ ਵੱਡੇ ਟਰੈਕਟਰ ਲੈ ਰਹੇ ਹਾਂ ਸਾਡੀ ਜ਼ਮੀਨ ਤਾਂ ਉਨੀ ਹੈ ਨਹੀਂ ਹੂੰ ਤੇ ਉਹ ਕਿਸ਼ਤਾਂ ਦੇ ਬਹੁਤ ਚੜਦੇ ਆ ਸਾਡੇ ਸਿਰ ਸਾਰੇ ਕਰਜ਼ੇ ਹੀ ਹੋ ਜੰਨੇ ਹੁਣ ਮੇਰਾ 10 ਸਾਲਾਂ ਨਾਲ ਵਿੱਚ ਜੇ ਮੈਂ ਘੱਟੋ ਘੱਟ ਲੀਲਾ ਮੇਰਾ 10 ਲੱਖ ਰੁਪਇਆ ਤੱਕ ਖਾਦਾਂ ਦਾ ਡਾਅ ਯਾ ਯੂਰੀਆ ਦਾ ਹੀ ਬਚਿਆ ਪਿਆ ਹੂੰ ਵੈਦਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲੈ ਕੇ ਆਜਾਣਾ ਪ੍ਰੋਗਰਾਮ ਅੰਦਾਜ਼ਾ ਤੇ ਅੱਜ ਜਿਵੇਂ ਆਹ ਹੈ ਪਿੰਡ ਰੋਲੂ ਮਾਜਰਾ ਜੋ ਤਹਿਸੀਲ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਦੇ ਵਿੱਚ ਪੈਂਦਾ ਤਕਰੀਬਨ ਮਰੰਡੇ ਤੋਂ ਜੋ ਰੋਪੜ ਨੂੰ ਰਾਹ ਜਾਂਦਾ ਉਸ ਤੋਂ ਤਕਰੀਬਨ 3-4 ਕਿਲੋਮੀਟਰ ਹਟ ਕੇ ਇਹ ਪਿੰਡ ਪੈ ਜਾਂਦਾ ਤੇ ਇੱਥੋਂ ਦੇ ਕਿਸਾਨ ਬਾਬਾ ਸਜਣ ਸਿੰਘ ਜੀ ਲੰਮੇ ਅਰਸੇ ਤੋਂ ਖੇਤੀ ਦੇ ਨਾਲ ਜੁੜੇ ਹੋਏ ਨੇ 2010 ਤੋਂ ਉਹਨਾਂ ਨੇ ਜਿਹੜੀ ਹੈ ਕੁਦਰਤੀ ਖੇਤੀ ਵੱਲ ਆਪਣਾ ਰੁਖ ਮੋੜਿਆ ਹੈ ਜਿਵੇਂ ਅਸੀਂ ਹੁਣ ਉਹਨਾਂ ਦੇ ਖੇਤ ਵਿੱਚ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਜਵੀ ਬੀਜੀ ਹੋਈ ਆ ਇੱਧਰ ਗੰਨਾ ਲੱਗਿਆ ਹੋਇਆ ਗੰਨੇ ਦੇ ਵਿੱਚ ਵੀ ਗੋਭੀ ਸਰੋਂ ਲਗਾਈ ਹੋਈ ਆ ਖਾਸ ਤੌਰ ਤੇ ਜਿਹੜੀ ਦੇਸੀ ਕਣਕ ਦੀ ਵੈਰਾਈਟੀ ਆ ਸ਼ਰਬਤੀ ਉਹਨਾਂ ਵੱਲੋਂ ਇੱਥੇ ਉਗਾਈ ਗਈ ਹੈ ਸੋ ਪਹਿਲਾਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਉਹਦੀ ਫਸਲਬਾੜੀ ਦੇ ਬਾਰੇ ਤੇ ਕਿਵੇਂ ਉਹ ਕੁਦਰਤੀ ਖੇਤੀ ਕਰਦੇ ਨੇ ਕਿਉਂ ਉਹਨਾਂ ਨੇ ਇਹ ਚੀਜ਼ ਨੂੰ ਸ਼ੁਰੂ ਕੀਤਾ ਤੇ ਹੁਣ ਕਿਸ ਤਰੀਕੇ ਤੋਂ ਬਦਲਾਅ ਕਰਦੇ ਆ ਰਹੇ ਨੇ ਸੋ ਪਹਿਲਾਂ ਸਵਾਗਤ ਕਰ ਲઈએ ਬਾਬਾ ਸੱਜਣ ਸਿੰਘ ਜੀ ਉਹਨਾਂ ਦਾ ਬਾਬਾ ਜੀ ਪੈਰਪਲੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਇੱਥੇ ਪਹੁੰਚਣ ਤੇ ਕਰਨਬੀਰ ਸਿੰਘ ਜੀ ਤੁਹਾਡੀ ਸਾਰੀ ਟੀਮ ਦਾ ਸਵਾਗਤ ਹੈ ਸੋ ਸਭ ਤੋਂ ਪਹਿਲਾਂ ਮੈਂ ਆਪਣੇ ਪਿਆਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤੇ ਗੁਰਸੱਤੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਜ਼ ਕਰਦਾ ਹਾਂ ਜੀ ਜੀ ਸੋ ਆਪਾਂ ਤੁਹਾਡੀ ਇੱਥੇ ਫਸਲਬਾੜੀ ਦੀ ਗੱਲ ਕਰਦੇ ਆਂ ਤੇ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਖੇਤੀ ਜਿਹੜੀ ਕੁਦਰਤੀ ਤੁਸੀਂ ਖੇਤੀ ਤੇ ਜਿਹੜਾ ਮਾਡਲ ਅਪਣਾਇਆ ਤੁਸੀਂ ਇਹ ਕਦੋਂ ਅਪਣਾਇਆ ਤੇ ਹੁਣ ਕਿਹੜੀਆਂ ਕਿਹੜੀਆਂ ਫਸਲਾਂ ਤੁਸੀਂ ਉਗਾਈਆਂ ਹੋਈਆਂ ਨੇ ਮੈਂ ਜੀ ਵੈਸੇ ਤੁਹਾਨੂੰ ਪਹਿਲਾਂ ਦੱਸਿਆ ਮੈਂ ਜੀ ਕਿ ਮੈਂ 2010 ਤੋਂ ਸ਼ੁਰੂ ਕਰਤੀ ਸੀ ਲੇਕਿਨ 2 ਸਾਲ ਪਹਿਲੇ ਮੈਂ ਇਹਦੇ ਸੰਪਰਕ ਵਿੱਚ ਆ ਗਿਆ ਸੀ ਕੁਦਰਤੀ ਖੇਤੀ ਵਿਰਾਸਤ ਮਿਸ਼ਨ ਆ ਜਿਹੜੀ ਜੈਤੋਂ ਵਾਲੇ ਜੀ ਹਾਂ ਪਰ ਥੋੜਾ ਮੈਨੂਅਲ ਲਿਟਰੇਚਰ ਨਹੀਂ ਮਿਲਿਆ ਥੋੜਾ ਪੜਨ ਵਿੱਚ ਮੇਰੇ 2-3 ਸਾਲ ਲੱਗ ਗਏ ਮੈਂ ਇਸ ਗੱਲ ਤੋਂ ਸੌਰੀ ਫੀਲ ਕਰਦਾ ਮੈਂ ਇੰਨਾ ਕਿਉਂ ਲੇਟ ਹੋ ਗਿਆ ਅੱਜ ਮੈਨੂੰ ਅਫਸੋਸ ਵੀ ਹੈ ਕਿ ਮੈਂ ਕਿਉਂ ਉਹ 2-3 ਸਾਲ ਖਰਾਬ ਕੀਤੇ ਹੁਣ ਠੀਕ ਹੈ 2010 ਤੋਂ ਤੁਸੀਂ ਸ਼ੁਰੂ ਕਰ ਲਈ ਸੀਗੀ ਹਾਂਜੀ 2010 ਤੋਂ ਮੈਂ ਸ਼ੁਰੂ ਸਟਾਰਟ ਕਰਤੀ ਸੀ ਠੀਕ ਹੈ ਤੇ 2013 ਦੇ ਵਿੱਚ ਪੰਜਾਬ ਐਗਰੋ ਵਾਲਿਆਂ ਵੱਲੋਂ ਮੈਨੂੰ ਸਰਟੀਫਿਕੇਟ ਪਹਿਲਾ ਸਰਟੀਫਿਕੇਟ ਇਸ਼ੂ ਹੋ ਗਿਆ ਸੀ ਜੀ ਹਾਂਜੀ ਉਸ ਤੋਂ ਬਾਅਦ ਲਗਾਤਾਰ ਉਹ ਸਰਟੀਫਿਕੇਟ ਇਸ਼ੂ ਕਰ ਰਹੇ ਹਨ ਤੇ ਮੈਂ ਕਿੰਨੀ ਪੈ ਲਈ ਆਪਣੇ ਤੁਹਾਡੇ ਕੋਲ ਇੱਥੇ ਮੇਰੇ ਕੋਲ ਜੀ ਤਕਰੀਬਨ ਸਾਢੇ 3 ਨਿਕੜ ਪੈ ਲਈ ਹੈ ਟੋਟਲ ਟੋਟਲ ਅ ਟੋਟਲ ਦੇ ਵਿੱਚ ਮੈਂ ਇੱਕੋ ਵਾਰ ਹੀ ਇਹ ਸਟੱਪ ਲੈ ਲਿਆ ਸੀ ਆਰਗੇਨਿਕ ਖੇਤੀ ਦਾ ਐਨੀ ਵੀ ਕਨਾਲ ਬੀਜ ਲਈ ਦੋ ਬੀਜ ਲਈ ਇੰਨਾ ਮਨ ਤੇ ਪ੍ਰੈਸ਼ਰ ਆ ਗਿਆ ਸੀ ਮੇਰੇ ਤੇ ਜੀ ਕਿ ਮੈਂ ਸਾਰੀ ਖੇਤੀ ਦਾ ਆਰਗੈਨਿਕ ਕਰਨ ਦਾ ਫੈਸਲਾ ਹੀ ਲੈ ਲਿਆ ਸੀ ਠੀਕ ਹੈ ਤੇ ਚਲੋ ਗੱਲਬਾਤ ਤੁਹਾਡੇ ਨਾਲ ਜਾਰੀ ਰੱਖਾਂਗੇ ਕਿਵੇਂ ਨਾਲ ਦੀ ਨਾਲ ਫਿਲਹਾਲ ਆਪਾਂ ਜਿਹੜੀ ਫਸਲ ਬਾੜੀ ਤੋਂ ਸ਼ੁਰੂ ਕਰ ਲਨੇ ਆ ਹੁਣ ਜਿਵੇਂ ਕਣਕ ਦਾ ਦੇਖੋ ਸੀਜ਼ਨ ਚੱਲ ਰਿਹਾ ਸਾਰੇ ਕਿਸਾਨ ਭਰਾਵਾਂ ਨੇ ਆਪਣੇ ਕਣਕੇ ਜਿਹੜੀ ਬੀਜੀ ਹੋਈ ਆ ਤੁਸੀਂ ਜਿਹੜੀ ਆ ਇਹ ਸਰਬਤੀ ਜਿਹੜੀ ਕਿਸਮ ਉਹ ਤੁਸੀਂ ਲਗਾਈ ਹੋਈ ਆ ਪਰ ਭਾਵੇਂ ਸਰਬਤੀ ਹੋਵੇ ਭਾਵੇਂ ਬਾਂਸੀ ਹੋਵੇ ਭਾਵੇਂ ਸੋਨਾ ਮੋਤੀ ਹੋਵੇ ਭਾਵੇਂ ਆਪਣੀ ਹਾਈਬ੍ਰਿਡ ਕਣਕਾ ਹੋਣ ਹਾਂਜੀ ਕਿਉਂਕਿ ਕੁਦਰਤੀ ਖੇਤੀ ਆ ਉਹਨੂੰ ਉਗਾਉਣ ਦਾ ਤਰੀਕਾ ਕੈਮੀਕਲ ਘੱਟ ਪਾ ਕੇ ਹਾਂਜੀ ਹਾਂਜੀ ਹੈਨਾ ਜੀ ਤੇ ਜੇਕਰ ਆਪਾਂ ਇਹਦੀ ਤੋਸੀ ਮੈਨੂੰ ਇੱਕ ਤਾਂ ਇਹਦੇ ਬਾਰੇ ਜਾਣਕਾਰੀ ਦਿਓ ਇਹ ਕਣਕ ਦੇ ਬਾਰੇ ਕੀ ਕੀ ਇਹਦੇ ਫਾਇਦੇ ਨੇ ਤੇ ਇਹਨੂੰ ਤੁਸੀਂ ਕੁਦਰਤੀ ਤਰੀਕੇ ਨਾਲ ਕਿਵੇਂ ਹੈਂਡਲ ਕਰਦੇ ਹੋ ਕਿਵੇਂ ਇਹਦੇ ਦੀ ਗ੍ਰੋਥ ਲਈ ਕਰਦੇ ਹੋ ਕਿਵੇਂ ਤੁਸੀਂ ਇਹਦੇ ਤੇ ਕੀਟ ਪਤੰਗਿਆਂ ਦਾ ਜੋ ਵੀ ਹਮਲਾ ਹੁੰਦਾ ਉਹਨੂੰ ਕਿੱਦਾਂ ਬਚਾ ਕੇ ਰੱਖਦੇ ਹੋ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਇਹਦੇ ਵਿੱਚ ਦੇਖੋ ਜੀ ਗੱਲ ਇਹ ਹੈ ਵੀ ਜਿਹੜੀ ਇਹ ਸਰਵਤੀ ਮੈਂ ਹੁਣ ਪਹਿਲੀ ਵਾਰ ਲੈ ਕੇ ਆਇਆ ਸਾਰੀ ਟੋਟਲੀ ਪ੍ਰਾਤਨ ਇਹ ਜਿਹੜਾ ਕਿਸਮ ਹੈ ਜੀ ਮੈਂ ਖੈਵੀ ਉਹ ਆਪਾਂ ਨੇ ਜਦ ਹੁਣ ਕੁਦਰਤੀ ਖੇਤੀ ਵੱਲੇ ਆ ਗਏ ਤੇ ਅਸੀਂ ਬੀਜ ਵੀ ਕੁਦਰਤੀ ਪਹਿਲੇ ਪ੍ਰਾਤਨ ਚੱਕ ਲੈਣੇ ਜੀ ਉਸ ਤੋਂ ਪਹਿਲਾਂ ਮੈਂ ਇਹਦੀ ਟਰਾਈ ਵੀ ਕੀਤੀ ਮੈਨੂੰ ਵਧੀਆ ਇਹਦਾ ਰਿਜ਼ਲਟ ਲੱਗਿਆ ਠੀਕ ਹੈ ਉਹ ਐਸ ਵਾਰ ਮੈਂ ਜਿੰਨੀ ਵੀ ਇਹ ਖੇਤੀ ਹੈ ਉਹ ਸਾਰੀ ਜਿੰਨੀ ਵੀ ਕਣਕ ਹੈ ਮੇਰੇ ਕੋਲ ਕੋਈ 4-5 ਕਨਾਲਾਂ ਆਈਆਂ ਲਗਭਗ ਜੀ ਇਹ ਸਾਰੀਆਂ ਸਰਬਤੀ ਕਿਸਮ ਦੇ ਅੰਡਰ ਹਨ ਠੀਕ ਹੈ ਤੇ ਇਹ ਜਿਹੜੀ ਮੈਂ ਆ ਮਲਚਿੰਗ ਦਿਖਾ ਰਿਹਾ ਤੁਹਾਨੂੰ ਆ ਮਲਚਿੰਗ ਨਾਲ ਪਹਿਲੀ ਵਾਰ ਜੀ ਏ ਮੈਂ ਭਾਈ ਗੁਰਪ੍ਰੀਤ ਸਿੰਘ ਉਹਨਾਂ ਦੀਆਂ ਵੀਡੀਓ ਦੇਖਣ ਤੋਂ ਬਾਅਦ ਮੈਂ ਆਪਣੇ ਟ੍ਰਾਇਲ ਵਿੱਚ ਲੈ ਕੇ ਆਂਦੀ ਏ ਗੱਲ ਜੀ ਵੀ ਮਲਚਿੰਗ ਨੂੰ ਆਪਾਂ ਕਿਵੇਂ ਕਰਾਂਗੇ ਜੀ ਤੇ ਇਹਦੇ ਵਿੱਚ ਫਸਲ ਸੀ ਜੀ ਆਪਣੇ ਕੋਲ ਧਾਨਾਂ ਦੀ ਹੱਥੀਂ ਕਟਾਈ ਕਰਾ ਕੇ ਉਹਦੇ ਉੱਤੇ ਫਿਰ ਇੱਕ ਕਨਾਲ ਤਿਆਰ ਕਰ ਲਈ ਆਪਾਂ ਨੇ ਜੀ ਛੱਟਾ ਮਾਰਤਾ ਦੇਸੀ ਰਏ ਇਹਦੇ ਵਿੱਚ ਪਾਤਾ ਹੂੰ ਛੱਟਾ ਮਾਰ ਕੇ ਉੱਤੇ ਆਪਾਂ ਨੇ ਪਰਾਲੀ ਦਾ ਪੂਰਾ ਕਵਰ ਕਰਤਾ ਇਸ ਦਿਨ ਪਰਾਲੀ ਨੂੰ ਠੀਕ ਹੈ ਨਾਲ ਹੀ ਪਾਣੀ ਲਾਤਾ ਤੇ ਹਫਤੇ ਦੇ ਵਿੱਚ ਵਿੱਚ ਇੱਕ ਕਣਕ ਬਾਹਰ ਆ ਗਈ ਉੱਗੀ ਬੜੀ ਵਧੀਆ ਜਰਮੀਨੇਸ਼ਨ ਹੋ ਗਈ ਤੇ ਇੱਥੇ ਉਸ ਤੋਂ ਬਾਅਦ ਫਿਰ ਮੈਂ ਇਹ ਸਮਝ ਲਓ ਵੀ ਨਾਂ ਦਾ ਇਹਨਾਂ ਮੈਂ ਕੋਈ ਪਾਣੀ ਲਾਇਆ ਜੀ ਹਾਂ ਨਾ ਹੀ ਇਹਦੇ ਉੱਤੇ ਮੈਂ ਕੋਈ ਹੋਰ ਕੋਈ ਖਾਦ ਵਗੈਰਾ ਪਾਈ ਠੀਕ ਹੈ ਸਿਰਫ ਇੰਨਾ ਕਹਾਂ ਵੀ 1 ਮਹੀਨਾ ਪਹਿਲਾਂ ਇੱਕ ਸਪਰੇਅ ਕੀਤੀ ਸੀ ਇਹਦੇ ਉੱਤੇ ਮੈਂ ਆਪਣੇ ਪਿਸ਼ਾਬ ਦੀ ਮਾਲ ਮੂਤਰ ਦੀ ਹਾਂ ਤੇ ਉਹ ਜਿਹੜਾ ਦੇਸੀ ਗਾਉਂ ਦੀ ਜਿਹੜੇ ਦੇਸੀ ਗਾਉਂ ਦੇ ਪਿਸ਼ਾਬ ਦੀ ਕੀਤੀ ਸੀ ਤੇ ਉਸ ਤੋਂ ਬਾਅਦ ਹੁਣ ਇੱਕ ਪਾਣੀ ਮੈਂ ਹੁਣ ਆ ਲਾਇਆ ਕਿੰਨੇ ਚਿਰਾਂ ਬਾਅਦ ਸਮਝੋ ਟੋਟਲ ਜੀ ਇਹਨੂੰ ਯਾ ਤਾਂ ਫਿਰ ਸਟਾਰਟਿੰਗ ਜਮਾਉਣ ਦੇ ਟਾਈਮ ਪਾਣੀ ਲਾਇਆ ਠੀਕ ਆ ਜਾਂ ਦੂਸਰਾ ਪਾਣੀ ਆ ਹੁਣ ਜਦੋਂ ਇਹਦੀ ਛੱਟਾ ਬਾਹਰ ਆ ਗਿਆ ਨਾ ਆ ਰਿਹਾ ਸੀ ਤੇ ਹਫਤਾ ਹੋ ਗਿਆ ਇਹਨੂੰ ਪਾਣੀ ਲੱਗੇ ਨਾ ਹੁਣ ਇਹਦਾ ਬਜਾਈ ਇਹਦੀ ਦਸੰਬਰ ਚ ਕੀਤੀ ਤੁਸੀਂ ਬਸ ਬਜਾਈ ਬਵਾਈ ਇਹਦੀ ਜੀ ਮੈਂ ਤਕਰੀਬਨ 28 29 ਅਕਤੂਬਰ ਦੀ ਬਜਾਈ 28 ਅਕਤੂਬਰ ਦੀ ਕੀਤੀ ਹੈ ਜਦੋਂ ਨਵੰਬਰ ਦੇ ਸ਼ੁਰੂ ਚ ਅਕਤੂਬਰ ਦੇ ਅਖੀਰ ਦੇ ਵਿੱਚ ਤੇ ਕਿਉਂਕਿ ਇਹਦਾ ਸਾਈਜ਼ ਵੀ ਆ ਬੱਲੀ ਵੀ ਤੁਸੀਂ ਕਹੇ ਹੁਣ ਅੱਜ ਤਕਰੀਬਨ ਫਰਵਰੀ 18 ਤਰੀਕ ਹੈਗੀ ਅੱਜ ਹਾਂ ਤੇ ਅੱਜ ਇਸ ਤਰ੍ਹਾਂ ਦੀ ਜਿਹੜੀ ਆਪਾਂ ਕਣਕ ਦੇਖ ਸਕਦੇ ਆਂ ਤੇ ਜਿਵੇਂ ਤੁਸੀਂ ਕਿਹਾ ਵੀ ਤੇ ਸਪਰੇਅ ਕੀਤੀ ਬੀਜ ਤੁਸੀਂ ਲੈ ਲੇ ਹਨਾ ਖਰੀਦ ਲੇ ਤੁਸੀਂ ਹਾਂਜੀ ਉਹ ਤੋਂ ਬਾਅਦ ਤੁਸੀਂ ਇਹਨੂੰ ਜੀ ਆਪਾਂ ਗੱਲ ਕਰੀਏ ਵੀ ਕਈ ਵੀਰ ਜਿਹੜੇ ਉਹ ਨਵੀਂ ਕੋਆਣੇ ਸ਼ੁਰੂ ਕਰਦੇ ਨੇ ਤਾਂ ਉਹਨਾਂ ਨੂੰ ਹੁੰਦਾ ਵੀ ਆਪਾਂ ਡਾਈ ਪਾਦੀ ਪਹਿਲਾਂ ਨਾਲ ਡਾਈ ਪਾਉਂਦੇ ਆ ਨਾ ਹਾਂਜੀ ਹਾਂਜੀ ਤੇ ਉਹਦਾ ਅਲਟਰਨੇਟਿਵ ਕੀ ਆ ਜੇ ਆਪਾਂ ਇਹ ਕਿਸੇ ਨਵਾਂ ਸ਼ੁਰੂ ਕਰਨੀ ਉਹ ਲੱਗਦਾ ਵੀ ਉਹਦੀ ਕਣਕਕ ਮਜੂਰ ਆ ਫਿਰ ਤੁਹਾਡੇ ਤੇ ਚਲੋ ਖੇਤ ਬਣ ਗਏ ਹਨਾ ਤੁਹਾਨੂੰ ਮਲਚਿੰਗ ਕਰਕੇ ਨਹੀਂ ਪਾਉਣ ਦੀ ਲੋੜ ਪਰ ਜੇਕਰ ਕੋਈ ਆਰਗੈਨਿਕ ਖੇਤੀਬਾਲ ਆਉਂਦਾ ਤਾਂ ਤੁਹਾਨੂੰ ਦੋ ਚਰਚੀਆਂ ਦੱਸੋ ਵੀ ਉਹ ਕੀਟ ਪਤੰਗੇ ਤੋਂ ਕਿੱਦਾਂ ਤੇਲੇ ਤੁਲੇ ਵਾਲੀ ਗੱਲ ਕਿੱਦਾਂ ਉਹਨੂੰ ਕਵਰ ਕਰ ਸਕਦਾ ਤੇ ਜੇਕਰ ਘਟ ਉਗਦੀ ਰਾ ਤਾਂ ਉਹਦੇ ਲਈ ਉਹ ਕਿਹੜੀ ਚੀਜ਼ ਦੀ ਸਪਰੇਅ ਕਰ ਸਕਦਾ ਠੀਕ ਆ ਜੀ ਪਹਿਲਾ ਸਾਲ ਤਾਂ ਦੇਖੋ ਜੀ ਜਿਹੜਾ ਵੀ ਬੰਦਾ ਕਿਸਾਨ ਨਵੇਂ ਫੀਲਡ 'ਚ ਆਊਗਾ ਇਹਦੇ ਵਿੱਚ ਜੀ ਪਹਿਲੇ ਸਾਲ ਤਾਂ ਕੁਝ ਸਰਪਲਸ ਡਾਇਆ ਪਿਆ ਰਹਿੰਦਾ ਉਹ ਥੋੜਾ ਜਿਹਾ ਕਣਕ ਨੂੰ ਲੱਗਦਾ ਉਹਦੇ ਨਾਲ ਕੁਝ ਗ੍ਰੋਥ ਬਣ ਜਾਂਦੀ ਹੈ ਜੀ ਜੀ ਦੂਜਾ ਸਾਲ ਮਤਲਬ ਬਿਲਕੁਲ ਜ਼ੀਰੋ ਲੈਵਲ ਹੈ ਹੂੰ ਦੂਜੇ ਸਾਲ ਨੂੰ ਉਹਦੇ ਵਿੱਚ ਸਾਰਾ ਉਹ ਮਤਲਬ ਕੈਮੀਕਲ ਦਾ ਖਤਮ ਹੋ ਜਾਣਾ ਹੈ ਹੂੰ ਫਿਰ ਆਪਾਂ ਇੱਕ ਤਾਂ ਦੇਸੀ ਖਾਦ ਪਾਉਣੀ ਹੈ ਜੀ ਇੱਕ ਅਮ ਜੀਵ ਅਮਰਤ ਜਲ ਬਣਾਉਨੇ ਆ ਠੀਕ ਹੈ ਉਹ ਆਪਾਂ ਪਾਣੀ ਦਾ ਜਿਹੜੀ ਵਿਧੀ ਹੈ ਇਹਨਾਂ ਦੀ ਉਹਦੇ ਨਾਲ ਆਪਾਂ ਨੇ ਇਹਨੂੰ ਦੇਣਾ ਹੈ ਹੂੰ ਹੂੰ ਤੇ ਉਹ ਵੀ ਤੁਸੀਂ ਦੋ ਤਿੰਨ ਵਾਰ ਦੇ ਸਕਦੇ ਆਂ ਠੀਕ ਹੈ ਪਸ਼ਾਬ ਦੀਆਂ ਆਪਾਂ ਸਪਰਿਆ ਕਰ ਸਕਦੇ ਹਾਂ ਠੀਕ ਹੈ ਇਹ ਚੀਜ਼ਾਂ ਉਹਦੀ ਗਰੋਥ ਲਈ ਹੈਗੀਆਂ ਨੇ ਜਿਹੜੀਆਂ ਅੱਜ ਆਪਣੇ ਸਮੇਂ ਡਾਈਆਂ ਪਾਉਨੇ ਆ ਉਹਦੀ ਜਗ੍ਹਾ ਤੇ ਆਪਾਂ ਇਹਨੂੰ ਐਜ਼ ਅਲਟਰਨੇਟਿਵ ਹਾਂਜੀ ਹਾਂਜੀ ਦੂਜੇ ਤੌਰ ਤੇ ਕਹਿਦੀ ਇਹਨੂੰ ਦੇਸੀ ਤੰਗ ਨਾਲ ਇਹਨੂੰ ਉਹ ਕਰ ਸਕਦੇ ਆ ਗਰੋਥ ਪ੍ਰੋਮੋਟਰ ਗਰੋਥ ਪ੍ਰੋਮੋਟਰ ਤੇ ਨਾਲ ਦੀ ਨਾਲ ਜਬੀ ਤੁਸੀਂ ਆਹ ਹਾਂਜੀ ਇਹ ਜਬੀ ਆ ਜਿਹੜੀ ਜੀ ਮੈਂ ਫਿਰ ਐਸ ਕਰਕੇ ਕਿਉਂਕਿ ਇੱਥੇ ਆ ਜਿਹੜਾ ਕੱਖ ਹੋ ਗਿਆ ਸੀ ਬਹੁਤ ਜ਼ਿਆਦਾ ਪਿਛਲੇ ਸਾਲ ਇਹ ਚ ਕਣਕ ਤੇ ਠੀਕ ਹੈ ਮੈਂ ਕਿਹਾ ਵੀ ਇਸ ਵਾਰ ਬਹੁਤ ਜ਼ਿਆਦਾ ਕੱਖ ਹੋ ਗਿਆ ਵੀ ਮੈਂ ਇੱਕ ਵਾਰ ਇਹਨੂੰ ਬੀਜ ਨੂੰ ਕੰਟਰੋਲ ਕਰਾਂ ਇਹਦਾ ਜਿਹੜਾ ਨਦੀ ਇਹ ਕ ਅੰਤੇ ਨੂੰ ਜੀ ਇਹ ਨਾ ਹੁਣ ਤੁਹਾਡੇ ਸਾਹਮਣੇ ਹੂੰ ਇਹ ਫਿਰ ਡੰਗਰ ਖਾਈ ਲੈਂਦੇ ਨੇ ਕਿ ਖੰਡ ਬਹੁਤ ਖਾਨੇ ਆ ਜੀ ਫਿਰ ਬਸ ਫਿਰ ਕੱਖ ਕਦਾ ਇਹ ਨਹੀਂ ਇਹ ਤਾਂ ਇੱਕ ਇੰਨੀ ਗੁਣਵੱਤਾ ਦੇਖੋ ਇਹਦੇ ਦੋ ਫਾਇਦੇ ਆ ਇੱਕ ਤਾਂ ਇਹ ਨੇ ਸਾਨੂੰ ਨਾਈਟ੍ਰੋਜਨ ਦੇਣੀ ਕੱਖ ਨੇ ਠੀਕ ਹੈ ਇੱਕ ਹੁਣ ਜਿਹੜੀ ਆ ਫਸਲ ਆ ਇਹਦੀ ਇਹ ਆਪ ਖਾ ਖਾ ਦੇ ਇਹਨੂੰ ਦੇ ਰਿਹਾ ਇਹਨੂੰ ਕੱਖ ਨੂੰ ਤੁਸੀਂ ਕਹਿੰਦੇ ਕਿਉਂ ਆਪਾਂ ਕੀ ਕਹਿੰਨੇ ਇਹਨੂੰ ਇਹਨੂੰ ਆਪੀ ਕਹਿੰਦੇ ਨੇ ਜੀ ਸੈਂਜੀ ਵੀ ਕਹਿੰਦੇ ਨੇ ਇੱਕ ਖੰਡੀ ਕਹਿੰਦੇ ਨੇ ਦੋ ਨਾਂ ਇਹਦੇ ਆਪਣੇ ਲੋਕਲ ਆ ਠੀਕ ਹੈ ਸਾਡੇ ਆਪਣੇ ਏਰੀਏ ਦੇ ਮਤਲਬ ਫਸਲ ਨੂੰ ਬਾਲਾ ਖਰਾਬ ਨਹੀਂ ਕਰਦੀ ਇਹ ਨਾ ਜੀ ਇਹ ਤਾਂ ਉਲਟਾ ਨਾਈਟ੍ਰੋਜਨ ਦੇ ਕੇ ਜਿਆਦਾ ਚਾਰੇ ਠੀਕ ਹੈ ਹਾਂ ਮਤਲਬ ਚਲੋ ਇਹ ਵੀ ਗੱਲ ਇਹ ਹੈ ਕਿਉਂਕਿ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਨੇ ਵੀ ਕਿਹੜਾ ਨਦੀਨ ਆਪਣੇ ਲਈ ਫਾਇਦੇਮੰਦ ਹੈ ਕਿਹੜਾ ਚੀਜ਼ ਆਪਣੇ ਲਈ ਖਤਰਨਾਕ ਹੈ ਹਾਂ ਜੀ ਹਾਂ ਜੀ ਹੁਣ ਜਿਹੜੀ ਚੀਜ਼ ਆਪਾਂ ਨੂੰ ਕਹਿਦੀ ਹੈ ਫਾਇਦਾ ਵੀ ਦੇ ਰਹੀਆਂ ਨੇ ਆਪ ਉਹ ਵੀ ਪਟ ਪਟ ਕੇ ਸਿੱਟੀ ਜਾਈਏ ਫਿਰ ਵੀ ਔਖਾ ਹੈ ਹਾਂ ਜੀ ਹਾਂ ਜੀ ਇਹ ਵੀ ਤੁਹਾਡਾ ਸਾਰਾ ਤੁਸੀਂ ਇੱਕ ਜੈਵਿਕ ਤਰੀਕੇ ਦੇ ਨਾਲ ਕਰਦੇ ਹੋ ਹਾਂ ਜੀ ਜੈਵਿਕ ਤਰੀਕੇ ਨਾਲ ਮੇਰਾ ਮੇਰਾ ਮਤਲਬ ਜਿਆਦਾ ਧਿਆਨ ਇਹ ਹੁੰਦਾ ਵੀ ਜਿਹੜੀ ਫਸਲ ਆਪ ਇਨੂੰ ਵਾਪਸ ਅਸੀਂ ਰਿਟਰਨ ਕੀ ਕਰੀਏ ਤਾਕਤ ਹੂੰ ਇਹ ਉਹ ਸਰਪਲਸ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਹੈ ਜਿਹੜੀ ਠੀਕ ਉਹ ਮੁੜ ਕੇ ਦੁਬਾਰਾ ਫੇਰ ਬਣ ਜਵੇ ਆਉਣ ਵਾਲੀ ਫਸਲ ਵਾਸਤੇ ਕੁਝ ਅਸੀਂ ਉਹਨੂੰ ਉਹਦੀ ਰਿਪਲੇਸਮੈਂਟ ਮਤਲਬ ਕਰਦੇ ਆਪਾਂ ਦੇ ਦਿੰਨੇ ਆ ਉਹਨੂੰ ਅ ਅੰਬਾਰ ਬਾਰੀ ਦੇਸੀ ਖਾਦ ਦੇ ਤੇ ਕੁਝ ਅਸੀਂ ਇਹ ਫਸਲਾਂ ਜਿਹੜੀਆਂ ਜੀ ਇਹ ਫਸਲਾਂ ਨਾਈਟ੍ਰੋਜਨ ਨੂੰ ਸਰਪਲਸ ਕਰਦੀਆਂ ਕਰਦੀਆਂ ਨੇ ਜਿਵੇਂ ਹੁਣ ਆ ਗੋਭੀ ਸਰੋਂ ਮੈਂ ਇਹਦੇ ਵਿੱਚ ਲਾਈ ਹਾਂ ਆ ਇੱਧਰ ਹੀ ਆਪਾਂ ਜ਼ਿਕਰ ਕਰਨ ਲੱਗੇ ਸੀ ਇੱਧਰ ਤੁਹਾਨੂੰ ਗੰਨੇ ਵਾਲਾ ਖੇਤ ਜਿਹੜਾ ਹਾਂ ਗੰਨੇ ਵਾਲਾ ਦਿਖਾ ਦਿੰਦੇ ਆ ਪਾਣੀ ਲੱਗਿਆ ਥੋੜਾ ਜਿਹਾ ਤਾਂ ਕਰਕੇ ਹਾਂਜੀ ਪੈਰ ਕਹ ਜੀ ਖੁਬਣਗੇ ਇੱਥੇ ਹਾਂਜੀ ਤੇ ਇੱਥੇ ਜਿਹੜੇ ਆਪਾਂ ਤੁਸੀਂ ਗੰਨਾ ਲਾਇਆ ਹੋਇਆ ਗੰਨੇ ਦੇ ਵਿੱਚ ਗੋਭੀ ਸਰੋਂ ਲਾਈ ਹੋਈ ਆ ਹਾਂਜੀ ਤੇ ਇਹਦੀ ਡਾਈਵਰਸਿਟੀ ਜਿਹੜੀ ਤੁਸੀਂ ਕੀਤੀ ਹੋਈ ਆ ਉਹਦੇ ਬਾਰੇ ਸਾਨੂੰ ਦੱਸੋ ਕੀ ਇਹ ਵੀ ਗੰਨਾ ਕੋਈ ਅਲੱਗ ਕਿਸਮ ਦੀ ਵੈਰੈਟੀ ਆ ਇਹਨੂੰ ਤੁਸੀਂ ਕਿੱਦਾਂ ਮੈਨੇਜ ਕੀਤਾ ਤੇ ਕਿਵੇਂ ਲਾਇਆ ਹੋਇਆ ਇਹ ਦੇਖੋ ਜੀ ਇਹ ਗੰਨਾ ਜਿਹੜਾ 9 ਫੁੱਟ ਦੇ ਫਾਸਲੇ ਤੇ 10 ਫੁੱਟ ਦੇ ਫਾਸਲੇ ਤੇ ਲੱਗਿਆ ਹੋਇਆ ਜੀ ਇਹਦੇ ਵਿੱਚ ਟਰੈਕਟਰ ਬੜੇ ਆਰਾਮ ਨਾਲ ਘੁੰਮਦਾ ਹੈ ਰੋਟਾਵੇਟਰ ਘੁੰਮਦਾ ਹੈ ਠੀਕ ਹੈ ਪਹਿਲਾਂ ਮੈਂ ਫਸਲ ਲਈ ਸੀ ਇੱਥੇ ਮਾਂ ਦੀ ਮਾਂ ਦੀ ਫਸਲ ਵੀ ਨਾਈਟ੍ਰੋਜਨ ਸਰਪਲਸ ਕਰਦੀ ਹੈ ਜ਼ਮੀਨ ਦੀ ਜੀ ਜ਼ਮੀਨ ਦੀ ਜਿਹੜੀ ਤਾਕਤ ਵਧਾਉਂਦੀ ਹੈ ਠੀਕ ਹੈ ਸੈਕੰਡ ਜਿਹੜੀ ਮੈਂ ਹੁਣ ਇਸ ਟਾਈਮ ਲਾਇਆ ਆਇਆ ਹੈ ਇਹਦੇ ਵਿੱਚ ਗੋਭੀ ਸਰੋਂ ਨੇ ਵੀ ਇਹੀ ਕੰਮ ਕਰਨਾ ਹੈ। ਆ ਦੋ ਲਾਈਨਾਂ ਤੁਸੀਂ ਜਿਹੜੀਆਂ ਮੈਂ ਚਲਾਉਂਦਾ ਇਹਨੂੰ ਜਿਵੇਂ ਹੁਣ ਦੋ ਲਾਈਨਾਂ ਦੇ ਨਾਲ ਆਪਣਾ ਗੰਨਾ ਦੁਬਾਰਾ ਨਵਾਂ ਬੀਜ ਬਜਾਈ ਕੀਤੀ ਹੋਈ ਆ ਅੰਦਰ ਇਹਦੇ। ਹਾਂ। ਅਜੇ ਅੰਦਰ ਵੀ ਗੰਨਾ ਦੂਜਾ ਅੱਜ ਤੋਂ ਲਾਇਆ ਹੋਇਆ ਜੀ ਨਿਕਲੇ ਨਹੀਂ ਪੁੰਗਰੇ ਠੀਕ ਹੈ। ਉਹ ਕਿਤੇ ਕਿਤੇ ਸ਼ਾਇਦ ਮੈਂ ਤੁਹਾਨੂੰ ਦਿਖਾ ਵੀ ਸਕਦਾ ਕਿਤੇ ਸ਼ਾਇਦ ਆਪਾਂ ਨੂੰ ਮਿਲ ਵੀ ਜਾਣਗੇ। ਮੈਂ ਦੂਜਾ ਕੱਢ ਲੂੰਗਾ ਓਕੇ ਉੱਗਿਆਊਗਾ। ਉਹ ਕਿਉਂ ਆਉਣਾ ਜੀ? ਠੀਕ ਹੈ। ਤੇ ਇਹ ਫਿਰ ਖਾਲੀ ਰਹੂ ਮਤਲਬ? ਇਹ ਮਤਲਬ ਮੈਂ ਇਸ ਕਰਕੇ ਲਾਤਾ ਜੀ ਵੀ ਇਹ ਮੇਰੀ 3 ਸਾਲ ਹੋ ਗਏ ਮੈਨੂੰ ਗੰਨਾ। ਤੀਜੇ ਸਾਲ ਅਚੇ ਤੀਜੇ ਸਾਲ ਚ ਕਰਨੀ ਹੈ ਤੀਜੇ ਸਾਲ ਦੀ ਕਟਾਈ ਹੈ ਠੀਕ ਹੈ ਜੇ ਤਾਂ ਆਪਾਂ ਨੂੰ ਜਰਮੀਨੇਸ਼ਨ ਮਿਲ ਗਈ ਪੂਰੀ ਫੇਰ ਤਾਂ ਮੈਂ ਇਹਨੂੰ ਵੀ ਰੱਖ ਲਊਗਾ ਇਹਨੂੰ ਵੀ ਰੱਖ ਲਊਗਾ ਠੀਕ ਹੈ ਜੇ ਨਾ ਮਿਲੀ ਤਾਂ ਫਿਰ ਆਪਾਂ ਇਹਨੂੰ ਸਾਰੇ ਨੂੰ ਵਾਦਾਂਗੇ ਠੀਕ ਹੈ ਤੇ ਮੇਰਾ ਗੰਨਾ ਬਿਲਕੁਲ ਐ ਸੈਂਟਰ ਪੁਆਇੰਟ ਦੇ ਵਿੱਚ ਤਿਆਰ ਬਣਾਇ ਰਹਿ ਜਾਊਗਾ ਦੁਬਾਰਾ ਵੀ ਦੇਖੋ ਖੇਤ ਨੂੰ ਆਪਾਂ ਕਿੱਦਾਂ ਮੈਨੇਜ ਕੀਤਾ ਵੀ ਉੱਥੇ ਸਾਰਾ ਸਾਲ ਹੀ ਬਿਜ਼ੀ ਹੈ ਖੇਤ ਪੂਰਾ ਬਿਜ਼ੀ ਰੱਖੀਦਾ ਜੀ ਤੇ ਦੂਜੀ ਗੱਲ ਸਭ ਤੋਂ ਵੱਡੀ ਗੱਲ ਇਹ ਬਿਜ਼ੀ ਵੀ ਆ ਪਰ ਨਾਲ ਦੀ ਨਾਲ ਖਾਦ ਦੀ ਲੋੜਾਂ ਪੂਰੀਆਂ ਹੋ ਰਹੀਆਂ ਨੇ ਪੂਰੀਆਂ ਹੋ ਰਹੀਆਂ ਹਾਂਜੀ ਹ ਇਹ ਗੰਨਾ ਕਿਹੜੀ ਵੈਰੈਟੀ ਹੈ ਇਹ? ਇਹ ਜੀ ਗੰਨਾ ਜੀ ਸੀਓਜੇ 85 ਠੀਕ ਹੈ। ਹਾਂ ਜੀ ਬਹੁਤ ਵਧੀਆ ਵੈਰੈਟੀ ਆ ਬਹੁਤ ਗੁੜ ਸ਼ੱਕਰ ਇਹਦਾ ਕਮਾਲ ਦਾ ਬਣਦਾ। ਤੇ ਇਹ ਇਹਦੇ ਲਈ ਫਿਰ ਤੁਸੀਂ ਖਾਦ ਜਿਹੜੀ ਵਗੈਰਾ ਹੈ ਉਹ ਵੀ ਅਲੱਗ ਤੋਂ ਕੁਝ ਪਾਉਨੇ ਉਹਦੀ ਗ੍ਰੋਥ ਦੇ ਲਈ। ਇਹਦੀ ਗ੍ਰੋਥ ਲਈ ਕਿਉਂਕਿ ਦੇਖੋ ਬਿਮਾਰੀ ਤੁਹਾਰੀ ਤੇ ਬਣੀ ਹੋਈ ਆ ਹਨਾ ਹੌਲੀ ਹੌਲੀ ਚੱਲੋ ਕਹਦੀ ਆ ਘਟ ਹੋ ਜਾਂਦੀ ਆ ਪੰਮ ਜਿੰਨਾ ਮਰਜ਼ੀ ਤੱਕੜਾ ਹੋਵੇ ਪਰ ਕਈ ਵਾਰ ਆ ਜਾਂਦਾ। ਤੇ ਪਰ ਜਦੋਂ ਤੁਸੀਂ ਸ਼ੁਰੂ ਕੀਤਾ ਹੁੰਦਾ ਉਹਦੇ ਜ਼ਿਆਦਾ ਦਿੱਕਤ ਆਉਂਦੀਆਂ ਨੇ। ਫਿਰ ਇਹਨੂੰ ਕਿਦਾਂ ਤੁਸੀਂ ਕੰਟਰੋਲ 'ਚ ਕੀਤਾ? ਦੇਖੋ ਜੀ ਦੇਸੀ ਖਾਦ ਤਾਂ ਇਹਨੂੰ ਦਿੱਤੀ ਆਪਾਂ ਨੇ ਜੀ ਇੱਕ ਚੀਜ਼ ਨਵੀਂ ਮੈਂ ਤੁਹਾਨੂੰ ਸਾਰੇ ਹੀ ਕਿਸਾਨਾਂ ਨੂੰ ਇਹ ਦੱਸਣੀ ਚਾਹਣਾ ਜੀ ਵੀ ਮੈਂ ਪਾਣੀ ਲਾਉਂਦੇ ਰਿਹਾ ਇਹਦੇ ਵਿੱਚ ਟਰੈਕਟਰ ਦੇ ਟੇਲਰ ਮੈਂ ਜ਼ਰੂਰ ਕਮਾ ਦਿੰਦਾ ਤਾਂ ਠੀਕ ਹੈ ਭਾਵੇਂ ਨਦੀ ਨੇ ਦੇ ਵਿੱਚ ਹੋਣ ਭਾਵੇਂ ਨਾ ਹੋਣ ਉਹਦਾ ਰਿਜ਼ਲਟ ਜਿਹੜਾ ਮੈਨੂੰ ਮਿਲਿਆ ਐਂ ਲੱਗਦਾ ਸੀ ਵੀ ਜਿਵੇਂ ਲੋਕੀ ਯੂਰੀਆ ਪਾ ਕੇ ਫਸਲ ਦਾ ਰੰਗ ਹੋ ਜਾਂਦਾ ਨਾ ਦੇਖਣ ਨੂੰ ਦਿਖ ਜੀ ਉਹ ਦਿਖ ਮੈਨੂੰ ਵਹਾਈ ਦੇ ਨਾਲ ਹੋ ਜਾਂਦੀ ਰਹੀ ਹੈ ਠੀਕ ਹੈ ਤਿੰਨ ਦੋ ਸਾਲ ਦਾ ਮੇਰਾ ਤਾਂ ਆਹੀ ਮੇਰੇ ਕੋਲ ਇੱਕ ਵਧੀਆ ਰਿਜ਼ਲਟ ਆਇਆ ਹੈ ਵੀ ਬਹੁਤੀਆਂ ਖਾਦਾਂ ਵੀ ਨਾਲ ਦੋ ਤੁਸੀਂ ਪ੍ਰੋਪਰ ਬਹਾਈ ਕਰਦੇ ਰਹੋ ਇਹਦੀ ਹੂੰ ਜਿੱਥੇ ਜਿਹੜਾ ਨੂੰ ਮਤਲਬ ਜਿਹੜੀ ਹਵਾ ਮਿਲਦੀ ਰਹੇ ਜਮੀਨ ਪੋਲੀ ਰਹੇ ਪੋਲੀ ਰਹੇ ਉਹਦੀ ਉਹ ਚੀਜ਼ ਮਤਲਬ ਕਹਦੀ ਹੈ ਬੜੀ ਕਰੋਸ ਕਰਦੀ ਹੈ ਕਿਉਂ ਮੰਗ ਜਿਵੇਂ ਸਰੀਰ ਨੂੰ ਕਦੀ ਥੋੜਾ ਲੱਗਦਾ ਨਾ ਪਹਿਲਵਾਨਾਂ ਨੂੰ ਕਿਉਂ ਲੱਗਦਾ ਤਾਂ ਐਵੇਂ ਗੰਨੇ ਨੂੰ ਵੀ ਹਰ ਇੱਕ ਵਸ ਨੂੰ ਚੀਜ਼ ਲੱਗਦੀ ਆ ਤਿੰਨ ਕਿਲੋ ਦਾ ਗੰਨਾ ਵੀ ਆਪਾਂ ਨੇ ਇਹਦੇ ਵਿੱਚ ਆਪਾਂ ਨੇ ਵੇਟ ਕਰਿਆ ਤਿੰਨ ਕਿਲੋ ਤੱਕ ਦਾ ਗੰਨਾ ਵੀ ਤਿਆਰ ਹੋਇਆ ਹਾਂਜੀ ਪਿਛਲੇ ਸੀਜ਼ਨ ਜਮੈਂ 3 ਕਿਲੋ ਤੱਕ ਗੰਨੇ ਦਾ weight ਕਰਿਆ ਇੱਥੇ ਇਹ ਕਿੰਨੀ ਜਗ੍ਹਾ ਤੁਹਾਡੀ ਇਹ ਕਿੰਨੀ ਜਗ੍ਹਾ ਚ ਲਾਇਆ ਤੁਸੀਂ ਇਹ ਇਹ ਹੈ ਜੀ ਤਕਰੀਬਨ ਇਹ ਹੈਗਾ ਜੀ 7 9 ਕਨਾਲ ਲਗਭਗ ਰਖਵਾ ਇਹ ਤੇ ਤੁਸੀਂ ਜਿਹੜੀ ਪਹਿਲੇ ਸਾਲ ਇਹਦੀ ਕਟਾਈ ਕੀਤੀ ਆ ਮੋੜ ਦੀ ਤਾਂ ਉਹ ਕਿੰਨੀ ਕੁ ਆਮਦਨ ਉਹ ਤੁਹਾਨੂੰ ਦੇ ਗਿਆ ਦੇਖੋ ਉਹ ਮੈਨੂੰ ਕਰੀਬ ਜੀ 20 ਕੁਇੰਟਲ ਜਿਹੜਾ ਗੋੜਾ ਹੈ ਹੂੰ ਇਹਦੇ ਵਿੱਚੋਂ ਮੈਂ ਤਿਆਰ ਕਰਿਆ ਪਿਛਲੇ ਸਾਲ 20 ਕੁਇੰਟਲ ਹਾਂ ਗੋੜਾ ਸ਼ੱਕਰ ਠੀਕ ਹੈ ਤੇ ਉਹ ਮੇਰਾ 120 ਰੁਪਏ ਦੇ ਰੇਟ ਨੂੰ ਮੇਰਾ ਵਿਕੇਦਾਰ ਵਿਕਿਆ ਉਹ ਹੁਣ ਤੁਸੀਂ 20 ਕੁਆਂਟਮ ਨੂੰ ਮਲਟੀਪਲਾਈ ਕਰ ਲੋ 120 ਨਾਲ 2 ਲੱਖ 42 2 ਲੱਖ 40 ਹਜ਼ਾਰ ਤਾਂ ਹਾਂਜੀ 2 ਲੱਖ 40 ਹਜ਼ਾਰ 40 ਹਜ਼ਾਰ ਤੇ 40 ਹਜ਼ਾਰ ਉੱਤੋਂ ਖਰਚਾ ਕਰ ਦੋ ਤੇ ਬਾਕੀ ਦਾ 2 ਲੱਖ ਮੈਨੂੰ ਇੰਨੀ ਬਚਦਾ ਆਪਣੀ ਲੇਬਰ ਸਾਰਾ ਕੁਝ ਲਾ ਕੇ ਮੈਨੂੰ ਬਚਦਾ ਇਹਨਾਂ ਜਿਹੜੀ ਕਿ ਕੈਮੀਕਲ ਖੇਤੀ ਦੇ ਮੁਕਾਬਲੇ ਜ double ਹੈ ਜੀ ਜੀ ਸਿੱਧੇ double ਹੈ ਅੱਜ ਦੇ ਕਿਸਾਨੀ ਲਈ ਬਹੁਤ ਜ਼ਿਆਦਾ ਵੱਡੀ ਸਹੀਦ ਹੈ ਜੀ ਤੁਸੀਂ ਕਿੱਦਾਂ ਆਪਣੇ ਖੇਤਾਂ ਨੂੰ ਕਰ ਸਕਦੇ ਹੋ ਨਾਲ ਤੁਸੀਂ ਖਾਦਾਂ ਦਾ ਜਿਹੜਾ ਖਰਚਾ ਰਿਹਾ ਸਪਰੇਅ ਦਾ ਘਟਾ ਸਕਦੇ ਹੋ ਖੈਰ ਸਮਾਂ ਸਾਡੇ ਕੋਲ ਇੱਕ ਨਿੱਕੇ ਜਿਏ ਬ੍ਰੇਕ ਦਾ ਹੋ ਗਿਆ ਤੇ ਆਪਾਂ ਗੱਲਬਾਤ ਕਰਾਂਗੇ ਬ੍ਰੇਕ ਤੋਂ ਬਾਅਦ ਤੁਹਾਡੇ ਜਿਹੜੀ ਤੁਸੀਂ ਉਧਰ ਵੀ ਸ਼ਰਬਤੀ ਲਾਈ ਹੈ ਉਧਰ ਤੇ ਥੋੜਾ ਬਹੁਤੇ ਕਹਿ ਲਈਏ ਫਲਦਾਰ ਬੂਟੇ ਵੀ ਲਾਏ ਹੋਏ ਨੇ ਤੇ ਹੋਰ ਜ਼ਿੰਦਗੀ ਦੀ ਥੋੜੀ ਜਿਹੀ ਗੱਲਾਂ ਵੀ ਸਾਂਝੀਆਂ ਕਰਾਂਗੇ ਜੀ ਹਾਂਜੀ ਠੀਕ ਹੈ ਠੀਕ ਠੀਕ ਸੋ ਬਣੇ ਰੋ ਵਿਜ਼ਨ ਪੰਜਾਬ ਦੇ ਨਾਲ ਜਲਦ ਆਜ਼ਰੂਨ ਇੱਕ ਨਿੱਕੇ ਜਿਏ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਮੁਰਤੂ ਸਵਾਗ ਸੋ ਜਿਸ ਖੇਤ 'ਚ ਮੈਂ ਹੁਣ ਖੜਾ ਆ ਇੱਥੇ ਤਕਰੀਬਨ ਬਰਸੀਨ ਦੀ ਜਿਹੜੀ ਤੀਜੀ ਵਾਰੜ ਆ ਜਿਹੜੀ ਸ਼ੁਰੂ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਕਿ ਬੜਾ ਸੋਹਣਾ ਜਿਹੜਾ ਬਰਸੀਨ ਖੜਾ ਆ ਵੱਡੀ ਗੱਲ ਇਹ ਆ ਕਿ ਇਹ ਜੈਵਿਕ ਤਰੀਕੇ ਦੇ ਨਾਲ ਆ ਇਹਦੇ ਵਿੱਚ ਕੋਈ ਕਿਸੇ ਤਰੀਕੇ ਦਾ ਯੂਰੀਆ ਨਹੀਂ ਪਾਇਆ ਹੋਇਆ ਕਿਉਂਕਿ ਅੱਜ ਜੇਕਰ ਗੱਲ ਕਰੀਏ ਜਿਹੜਾ ਕੁਝ ਆਪਾਂ ਆਪਣੇ ਡੰਗਰਾਂ ਨੂੰ ਪਸ਼ੂਆਂ ਨੂੰ ਮੱਝਾਂ ਗਾਵਾਂ ਨੂੰ ਪਾਉਂਦੇ ਆ ਤਾਂ ਉਹ ਜੀਆਂ ਉਹ ਦੁੱਧ ਦਿੰਦੀਆਂ ਨੇ ਤੇ ਦੁੱਧ ਵਿੱਚ ਕੈਮੀਕਲ ਆ ਉਹ ਆਪਣੇ શરીਰ ਜਾਂਦਾ ਤੇ ਆਪਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਸੋ ਇਹ ਯਾਨੀ ਕਿ ਇੱਕ ਮਿਸਾਲ ਆ ਵੀ ਆਪਾਂ ਬਿਨਾ ਪਾਈ ਯੂਰੀਆ ਯੂਰੀਆ ਤੋਂ ਬਿਨਾ ਹੋਰ ਚਾਰੋ ਪੈਦਾ ਕਰ ਸਕਦੇ ਆ ਮੱਬਾ ਜੀ ਪਹਿਰਪੁਰ ਸਤਿ ਸ਼੍ਰੀ ਅਕਾਲ ਜੀ ਸਵਾਲ ਕਰਦੇ ਬ੍ਰਿਪੋਲ ਫਿਰ ਤੋਂ ਸਤਿ ਸ਼੍ਰੀ ਅਕਾਲ ਜੀ ਤੇ ਜਿਵੇਂ ਤੁਹਾਡਾ ਸੀ ਇਹ ਖੇਤ ਦੇਖ ਰਹੇ ਆ ਤੁਸੀਂ ਮੈਂ ਹੈਰਾਨ ਹੋਇਆ ਵੀ ਤੁਸੀਂ ਦੱਸਿਆ ਵੀ ਤੀਜੀ ਵੜਾ ਨਹੀਂ ਤੀਜੀ ਵੜਾ ਨੂੰ ਥੋੜੇ ਜਿਹਾ ਨਾ ਬੂਟੇ ਛਿੱਦੇ ਛਿੱਦੇ ਜੇ ਹੋ ਜਾਂਦੇ ਨੇ ਪਰ ਸੀਨ ਬੜਾ ਫਰਕ ਪੈ ਜਾਂਦਾ ਤੇ ਵੱਡੀ ਗੱਲ ਇਹ ਆ ਤੁਸੀਂ ਕਹੇ ਵੀ ਜੈਵਿਕ ਤਰੀਕੇ ਦੇ ਨਾਲ ਤਾਂ ਵੀ ਇਹ ਦੱਸੋ ਵੀ ਇਹ ਜਿਹੜਾ ਤੁਸੀਂ ਉਗਾ ਰਹੇ ਹੋ ਇਹ ਜਦੋਂ ਪਹਿਲੀ ਵਾਰ ਉਗਾਇਆ ਤੇ ਹੁਣ ਵਾਲੇ ਫਰਕ ਚ ਕਿੰਨਾ ਕੁ ਤੁਸੀਂ ਫਰਕ ਦੇਖਦੇ ਹੋ 10 ਸਾਲ ਹੋ ਗਏ ਕਿੱਦਾਂ ਇਹਨੂੰ ਮੈਨੇਜ ਕਰਦੇ ਹੋ ਬਸ ਜੀ ਮੈਨੇਜ ਤਾਂ ਇਹ ਵੀ ਆਪਾਂ ਇੱਕ ਤੇ ਦੇਸੀ ਰੇ ਪਾ ਕੇ ਇਹਨੂੰ ਆਪਾਂ ਨੇ ਸ਼ੁਰੂ ਕਰਨਾ ਹੈ ਜੀ ਦੇਸੀ ਰੇ ਜਰੂਰ ਪਾਉਂਦਾ ਮੈਂ ਜੀ ਤੇ ਬਾਕੀ ਦੂਜਾ ਉਦਾਂ ਹੀ ਰਵਾਇਤੀ ਢੰਗ ਦੇ ਨਾਲ ਆਪਾਂ ਇਹਦੀ ਬਜਾਈ ਕਰ ਦਿੰਦੇ ਆਂ ਪੈਸੇ ਵਰਸ਼ੀਣ ਬੀਜਣ ਚ ਲੇਟ ਹੋ ਗਿਆ ਸੀ ਕਿਉਂਕਿ ਇਹਦੇ ਵਿੱਚ ਪਹਿਲਾਂ ਧਾਨਾਂ ਦੀ ਫਸਲ ਲਈ ਹੈ ਫਿਰ ਵੀ ਦੇਖੋ ਤੁਸੀਂ ਤੀਜੀ ਵਾੜ ਆਪਾਂ ਤੀਜੀ ਵਾੜ 'ਚ ਖੜੇ ਆਂ ਦੂਜੀ ਉਹ ਸਾਹਮਣੇ ਨਜ਼ਰ ਆਉਂਦੀ ਹੈ ਠੀਕ ਹੈ ਔਰ ਇੰਨੀ ਗਰੋਥ ਸੀ ਪਹਿਲੀ ਵੀ ਵਾੜ ਦੀ ਇੰਨੀ ਗਰੋਥ ਸੀ ਬਸ ਤੁਸੀਂ ਪੁੱਛੋ ਕੁਛ ਨਾ ਸਾਡੇ ਕੋਲ ਕਟਿਆ ਨਹੀਂ ਸੀ ਜਾ ਰਿਹਾ ਥੋੜਾ ਬਹੁਤਾ ਫੇਰ ਵਿੱਚ ਗਲਿਆ ਵੀ ਉਹ ਕਿਹਬਰ ਸੁੰਡੀ ਚਾਂਡੀ ਜੀ ਪੈ ਜਾਂਦੀ ਹੈ ਹਾਂਜੀ ਤੇ ਇਹਨੂੰ ਜਦ ਸੰਗੜਣਾ ਵੀ ਹੋ ਜਾਂਦਾ ਕਿਹਬਰ ਸੁੰਡੀ ਉਹਦਾ ਕੋਈ ਹੱਲ ਹੈ ਤੁਹਾਡੇ ਪਈ ਉਹ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਵੀ ਜਦ ਤੋਂ ਮੈਂ ਜਾਵੇ ਖੇਤੀ ਕਰਨ ਲੱਗਿਆ ਮੇਰੇ ਤਾਂ ਖੇਤਾਂ 'ਚੋਂ ਕੀੜੇ ਹੀ ਬਹੁਤ ਘਟ ਗਏ ਅੱਛਾ ਵੈਸੇ ਹੀ ਨਹੀਂ ਮੈਂ ਦੇਖਦਾ ਤਾਂ ਰਹਿਣਾ ਉਦਾਂ ਜੀ ਜੀ ਪਰ ਕੀੜੇ ਪਤਾ ਨਹੀਂ ਕਿੱਦਾਂ ਨੂੰ ਤੁਰ ਗਏ ਹੂੰ ਜਾਂ ਤਾਂ ਮੈਂ ਕਿਉਂਕਿ ਸਪਰੇ ਨਹੀਂ ਕਰਦਾ ਉਨ੍ਹਾਂ ਦੇ ਵਿਰੋਧੀ ਕੀੜੇ ਆ ਕੇ ਉਹਨਾਂ ਨੂੰ ਖਾ ਖੂ ਜਾਂਦੇ ਆ ਮੈਂ ਇਹ ਦੇਖਦਾ ਰਹਿਣਾ ਇਹ ਸਰਕਲ ਹੈ ਇੱਕ ਕੁਦਰਤ ਦਾ ਬਣਿਆ ਹੋਇਆ ਠੀਕ ਹੈ ਜੇ ਕੋਈ ਪਹਿਲਾ ਆਪਾਂ ਨੂੰ ਨੁਕਸਾਨ ਵਾਲਾ ਕੀੜਾ ਪੈਦਾ ਹੋ ਗਿਆ ਨਾ ਕੁਝ ਦਿਨਾਂ ਦਾ ਸਬਰ ਕਰਨ ਦੀ ਲੋੜ ਹੈ ਸਾਡੇ ਲੋਕੀ ਕਰਦੇ ਨਹੀਂ ਸਾਡੇ ਤਾਂ ਮੜੀ ਜੀ ਸੁੰਡੀ ਦੇਖਣ ਦੀ ਤੇਰਾ ਉਸੇ ਵਾਲੇ ਸਪਰੇਅ ਚੱਕ ਲੈਣੇ ਹਮ ਬਸ ਥੋੜਾ ਜਿਹਾ ਸਬਰ ਕਰਕੇ ਦੇਖੋ ਤੁਸੀਂ ਕੁਦਰਤ ਦੇ ਕ੍ਰਿਸ਼ਮੇ ਨੂੰ ਉਹ ਐਸੇ ਪਿਛਲੇ ਪਾਸੇ ਇੱਕ ਬੈਚ ਆ ਰਿਹਾ ਜਿਹੜਾ ਉਹਨਾਂ ਨੂੰ ਖਤਮ ਕਰ ਜਾਣਾ ਉਹਨੇ ਆਟੋਮੈਟਿਕਲੀ ਪਰ ਜੇ ਮੰਨ ਲਓ ਚਲੋ ਤੁਸੀਂ ਤੁਹਾਡਾ ਤਜਰਬਾ ਰਿਹਾ ਤੁਹਾਡੇ ਨਾਲ ਇਹ ਕਹਿਦੀਏ ਨਹੀਂ ਤੁਹਾਡੇ ਕਿਹਦੀਆਂ ਆਉਂਦੇ ਪਰ ਮੰਨ ਲਓ ਜੇ ਕਿਸੇ ਦੇ ਕਿਸਾਨ ਦੇ ਵਿੱਚ ਆਉਂਦੇ ਨੇ ਖੇਤ ਦੇ ਵਿੱਚ ਹਨਾ ਉਹ ਇਹ ਚਾਹੇ ਕੈਮੀਕਲ ਖੇਤੀ ਕਰ ਰਿਹਾ ਪਰ ਉਹ ਕਹਿੰਦਾ ਮੈਂ ਸਪਰੇਅ ਨਾ ਮਾਰਾਂ ਮੈਂ ਯੂਰੀਆ ਨਾ ਮਾਵਾਂ ਮੈਂ ਨੂਨ ਦੀ ਸਪਰੇ ਵੀ ਅੱਜਕੱਲ ਬੜੀ ਮਸ਼ਹੂਰ ਜੀ ਆ ਕੀ ਕਰ ਦਿੰਦੇ ਨੇ ਤਾਂ ਉਹਨਾਂ ਦੀ ਜਗ੍ਹਾ ਤੇ ਕੋਈ ਤੁਹਾਡੇ ਕੋਲ ਸੁਝਾਅ ਹੈ ਵੀ ਉਹ ਕੀ ਕਰਨ ਦੇਖੋ ਜੀ ਪਿਛਲੇ ਸਾਲ ਇਹਨਾਂ ਨੇ ਕੁਦਰਤੀ ਖੇਤੀ ਵਾਲਿਆਂ ਨੇ ਇੱਕ ਕੱਢਿਆ ਸੀ ਨਵਾਂ ਫਾਰਮੂਲਾ ਜੀ ਵੇ ਤੁਸੀਂ 4 ਫੁੱਟ 3 4 ਫੁੱਟ ਹੀਟਾਂ ਤੋਂ ਵੀ ਮਿੱਟੀ ਪਟ ਲੋ ਪਟ ਲੋ 4 ਫੁੱਟ ਡੂੰਗੀ ਮਿੱਟੀ ਲੈ ਲੋ ਜੀ ਉਹਨੂੰ ਤੁਸੀਂ ਪਾਣੀ ਵਿੱਚ ਘੋਲ ਦੋ ਹੂੰ ਪਾਣੀ ਵਿੱਚ ਘੋਲ ਕੇ ਤੁਸੀਂ ਉਹਦਾ ਜਿਹੜਾ ਪਾਣੀ ਜਦੋਂ ਬਿਲਕੁਲ ਨਿੱਤਰ ਆਵੇ ਜੀ ਉਹਦਾ ਤੁਸੀਂ ਸਪਰੇਅ ਕਰ ਦੇਣਾ ਠੀਕ ਹੈ ਉਹਦੇ ਵਿੱਚ ਪਤਾ ਨਹੀਂ ਕੀ ਪਰਮੇਸ਼ਰ ਜਾਣੇ ਕੀ ਖੇੜ ਹੈ ਹੂੰ ਉਹ ਇਹਨਾਂ ਸੁੰਡੀ ਨੂੰ ਉਹ ਸਪਰੇਅ ਕਰ ਦੋ ਪਾਣੀ ਕੱਲ੍ਹ ਹੀ ਉਹ ਸੁੰਡੀ ਮਰ ਜਾਂਦੀ ਹੈ ਠੀਕ ਹੈ ਤੇ ਇੱਧਰ ਜਿਵੇਂ ਤੁਹਾਡੀ ਮੈਂ ਕਣਕ ਦੇਖ ਰਿਹਾ ਇੱਧਰ ਇਹ ਵੀ ਤੁਸੀਂ ਦੱਸੇ ਸ਼ਰਬਤੀ ਹੈ ਇਹ ਤੁਸੀਂ ਸਿਆੜਾਂ ਦੇ ਵਿੱਚ ਲਾਈ ਹੈ ਤੇ ਚੰਗਾ ਅਲੱਗ ਤੋਂ ਝਾੜਦੇ ਵੀ ਚੰਗਾ ਫਟਾਰਾ ਬਹੁਤ ਸੋਹਣਾ ਆਇਆ ਹੋਇਆ ਇਹ ਫਿਰ ਵੱਟਾਂ ਉੱਤੇ ਲਾਉਣ ਦੀ ਵਜ੍ਹਾ ਦੇਖੋ ਜੀ ਵੱਟਾਂ ਉੱਤੇ ਜਦੋਂ ਆਪਾਂ ਕਿਸੇ ਵੀ ਫਸਲ ਨੂੰ ਲਾਉਨੇ ਆਂ ਹਰ ਫਸਲ ਵੱਟ ਦੇ ਜ਼ਿਆਦਾ ਹੋਊਗੀ ਜੀ ਕਿਉਂਕਿ ਜੜ ਹੈ ਨਾ ਜਿਹੜੀ ਉਦੀ ਉਹ ਮਤਲਬ ਪਲਿਆਈ ਦੇ ਵਿੱਚ ਖੜੀ ਰਹਿੰਦੀ ਹੈ ਠੀਕ ਹੈ ਤੇ ਇਹ ਜੋ ਜਿਹੜਾ ਇਹਦੇ ਟਾਈਟ ਨਹੀਂ ਹੁੰਦੀ ਜੜ ਹੂੰ ਤੇ ਜੜ ਦਾ ਵਿਕਾਸ ਜ਼ਿਆਦਾ ਹੋ ਜਾਂਦਾ ਉਹ ਜੜ ਦਾ ਵਿਕਾਸ ਹੋਊਗਾ ਜਿਹੜਾ ਖਰਾਕ ਜ਼ਿਆਦਾ ਲਿਆਊਗੀ ਬੂਟੇ ਪੌਦੇ ਨੂੰ ਉਦੇ ਕਰਕੇ ਦੀ ਗਰੋਥ ਜ਼ਿਆਦਾ ਹੋਊਗੀ ਹੁਣ ਇਹ ਕਮਾਲ ਦੀ ਗਰੋਥ ਹੈ ਜੀ ਦੇਖੋ ਤਾਂ ਸਹੀ ਤੁਸੀਂ ਗਰੋਥ ਹੈ ਪਰ ਤੁਸੀਂ ਪਰਲੀ ਛਿੱਟਾ ਦੇ ਕੇ ਲਾਈਏ ਵਟਾਂ ਤੇ ਲਾਈਏ ਕੋਈ ਸੀਡ ਵਗੈਰਾ ਬਣਾਉਣ ਨੂੰ ਲਾਈਏ ਜਾਂ ਫਿਰ ਤਜਰਬਾ ਨਹੀਂ ਜੀ ਬਸ ਮੈਂ ਇੱਥੇ ਜਗਾ ਖਾਲੀ ਪਈ ਸੀ ਬੂਟਿਆਂ ਦੀ ਲੈਣਾ ਆਹ ਪਾਸੇ ਨਿੰਬੂ ਲੱਗਿਆ ਹੋਇਆ ਇਧਰ ਲਾਈਨ ਲੱਗੀ ਹੋਈ ਹੈ ਅਮਰੁੱਦਾਂ ਦੀ ਠੀਕ ਤੇ ਜਗਾ ਵਿਚਾਲੇ ਖਾਲੀ ਸੀ ਮੈਂ ਕਿਹਾ ਵੀ ਚਲੋ ਇਹਦੇ ਵਿੱਚ ਇੱਧਰ ਲਾਈਏ ਵੀ ਨਹੀਂ ਖੇਤ ਖਾਲੀ ਨਹੀਂ ਰਹਿਣਾ ਚਾਹੀਦਾ ਖਾਲੀ ਨਹੀਂ ਰਹਿਣਾ ਚਾਹੀਦਾ ਆ ਜੇ ਇਧਰ ਆਪਾਂ ਜਾਣੇ ਤੁਸੀਂ ਵਧੀਆ ਜੇ ਤੁਸੀਂ ਦੇਖ ਸਕਦੇ ਹੋ ਭਰਾਵੋ ਵੀ ਬਾਬੀ ਨੇ ਚੰਗੇ ਇਧਰ ਬੂਟੇ ਨੇ ਜਿਹੜੇ ਲਾਏ ਕਿਉਂਕਿ ਬਾਗਬਾਨੀ ਵੀ ਜ਼ਰੂਰੀ ਹੈ ਜੇ ਤੁਸੀਂ ਅਡਡ ਫਸਲਾ ਲਾਉਂਗੇ ਤਾਂ ਹੀ ਜਿਹੜਾ ਕਿਸਾਨ ਦਾ ਬਚਾਅ ਹੋਵੇਗਾ ਆਮਦਨ ਵਧੂਗੀ ਕੋਈ ਸਰਕਾਰਾਂ ਦੀਆਂ ਪਾਲਿਸੀਆਂ ਦੇ ਨਾਲ ਕਿਸਾਨ ਦੀ ਆਮਦਨ ਦੁੱਗਣੀ ਤਾਂ ਹੋਣੀ ਨਹੀਂ ਇਹਦਾ ਕਿਸਾਨ ਨੂੰ ਇਹ ਸੋਚਣਾ ਪੈਣਾ ਵੀ ਉਹ ਕਿਹੜੀਆਂ-ਕਿਹੜੀਆਂ ਫਸਲਾਂ ਨੇ ਕਿਹੜੀਆਂ-ਕੜੀਆਂ ਜੋ ਚੀਜ਼ਾਂ ਨੇ ਦਰਖਤ ਨੇ ਫਲ ਫਰੂਟ ਨੇ ਆਪਣੇ ਖੇਤ ਚ ਲਾਵੇ ਵਧੀਆਂ ਖੋਦੀਆਂ ਜ਼ਰੂਰਤਾਂ ਹੀ ਪੂਰੀਆਂ ਹੋਣ ਤੇ ਨਾਲ ਨਾਲ ਉਹਦੀ ਆਮਦਨ ਵੀ ਵਧੇ ਤੇ ਅੱਬਾ ਜੀ ਇੱਥੇ ਤੁਸੀਂ ਕਿਹੜੇ-ਕਿਹੜੇ ਬੂਟੇ ਲਾਏ ਹੋਏ ਨੇ ਤੇ ਕਦ ਤੋਂ ਲਾਏ ਹੋਏ ਨੇ ਬੂਟੇ ਮੇਰੇ ਬਜਾਰ ਹੀ ਲਾਉਣ ਤੇ ਬਜਾ ਸਭ ਤੋਂ ਪਹਿਲੀ ਤਾਂ ਇਹ ਰਹੀ ਜੀ ਜੀ ਕਿ ਮੈਂ ਗਿਆ ਸੀ ਨਾਸਕ ਉੱਥੇ ਮੈਂ ਇੱਕ ਸਰਵਾ ਕਰਿਆ ਫਰੂਟ ਦਾ ਆ ਆਪਣੇ ਅੰਗੂਰ ਦਾ ਜੀ ਮੈਂ ਉਹ ਕਿਸਾਨ ਦੇ ਖੇਤ ਚ ਗਿਆ ਉਹ ਕਹਿੰਦੇ ਜੀ ਮੈਂ ਕਿਹਾ ਕਿੰਨੀ ਆਮਦਨ ਦੀ ਕਹਿੰਦੇ ਲੱਖ ਰੁਪਏ ਦੀ ਮੈਂ ਕਿਹਾ ਸਪਰੇਆ ਕਹਿੰਦੇ 40000 ਦੀਆਂ ਹੂੰ ਮੇਰੇ ਮਨ ਨੂੰ ਇੰਨੀ ਤਰਕ ਆਈ ਮੈਂ ਕਿਹਾ ਇੰਨੀਆਂ ਸਪਰੇਆ ਕਰਤੀਆਂ ਅਸੀਂ ਅੰਗੂਰ ਨੂੰ ਬੜੇ ਚਾਰ ਨਾਲ ਖਾਣੇ ਇਹਦਾ ਜਹਿਰੀਲਾ ਹੂੰ ਫਿਰ ਮੈਨੂੰ ਅੱਗੇ ਵੀ ਸਰਚ ਮਿਲੀ ਵੀ ਜਿੰਨੇ ਸਾਰੇ ਫਰੂਟਾਂ ਦੇ ਸਪਰੇ ਹੋ ਰਹੀ ਹੈ ਜੀ ਫਿਰ ਮੇਰੇ ਮਨ ਨੇ ਕਿਹਾ ਕਿਉਂ ਨਾ ਆਪਾਂ ਆਪਣਾ ਆਪਣਾ ਫਰੂਟ ਤਿਆਰ ਕਰੀਏ ਘਰਾਂ ਆਰਗੈਨਿਕ ਫੇਰ ਮੈਂ ਇਹ ਬੁੱਟੇ 5 ਸਾਲ ਪਿੱਛੇ ਲਾਏ ਜੀ ਜਿੱਦੀ ਦੇ ਵਿੱਚ ਕਿ ਉਹ ਨਾਰ ਲੱਗਿਆ ਹੋਇਆ ਆਲੀਚੀ ਹੈ ਇਹ ਇਹ ਆਪਣਾ ਚੀਕੂ ਹੈ ਤੇ ਉਹ ਦੂਜਾ ਨਿੰਬੂ ਹੈ ਇਦਾਂ ਉਹ ਗਲਗਲ achar ਵਾਲੀ ਹੈ ਜੀ ਉਹ ਤੋਂ ਅੱਗੇ ਅਮਰੂਦ ਹੈ ਮਸੰਮੀ ਹੈ ਤੇ ਇਦਾਂ ਦੇ ਮਤਲਬ ਇਹ ਸਾਰੇ ਹੀ ਫੇਰ ਮੈਂ ਪਹਿਲਾਂ ਇਕ ਲਾਈਨ ਲਈ ਫੇਰ ਮੈਂ ਉਹਦੇ ਵਿੱਚ ਐਡਵਾਂਸ ਹੋ ਗਿਆ ਮੈਂ ਫੇਰ ਆ ਵੀ ਪੂਰੀਆਂ ਕਰਤੀਆਂ ਆ ਇੱਕ ਕਿੰਨੇ ਸਾਲ ਤਿੰਨ ਕਿੰਨੇ ਸਾਲ ਦਾ ਬੁੱਟੇ ਹੁਣ ਇਹ ਇਹ ਆ ਚੌਥੇ ਸਾਲ ਵਿੱਚ ਆ ਗਈ ਲਾਈਨ ਇੱਕ ਸਾਲ ਲੇਟ ਲੱਗੀ ਹੈ ਜੀ ਠੀਕ ਹੈ ਚੌਥੇ ਸਾਲ ਚ ਹਾਂ ਤੇ ਆ ਗੱਬੇ ਵੀ ਫਿਰ ਤੁਸੀਂ ਫਸਰੋਂ ਵੀ ਲਾ ਦੀ ਆ ਸਰੋਂ ਖਾਲੀ ਸੀ ਲੇਕਿਨ ਜਿੱਥੇ ਆਪਾਂ ਖੜੇ ਆ ਇੱਥੇ ਹਲਦੀ ਹੈ ਜੀ ਅੱਛਾ ਇਹਦੇ ਵਿੱਚ ਹਲਦੀ ਹੈ ਹਾਂ ਜੀ ਉਹ ਕੱਟ ਕੇ ਉਹ ਕੱਟੀ ਹੋਈ ਹੈ ਨਾ ਅੱਛਾ ਪੱਟਾਂ ਨੂੰ ਰਹਿ ਗਈ ਹੈ ਵਿੱਚੋਂ ਪੱਟਾਂ ਨੂੰ ਰਹਿੰਦੀ ਆ ਵਿੱਚ ਆਹ ਆਪਣੇ ਆ ਬੂਟੇ ਲੱਗੇ ਹੋਏ ਆ ਟਮਾਟਰਾਂ ਦੇ ਆ ਟਮਾਟਰਾਂ ਦੇ ਬੂਟੇ ਲੱਗੇ ਹਾਂ ਆ ਹੁਣ ਲਾਏ ਆ ਜੀ ਇਹਨਾਂ ਨੂੰ ਗੁੱਡੀ ਗੁੱਡੀ ਕਰਕੇ ਖਾਦ ਪਾਵਾਂਗੇ ਤੇ ਹੁਣ ਇਹ ਸਾਡੇ ਅੱਗੇ ਹੁਣ ਤਿਆਰ ਹੋ ਜੂ ਸਬਜ਼ੀ ਆਪਣੀ ਤੇ ਮੈਂ ਤੁਹਾਡਾ ਟਰੈਕਟਰ ਦੇਖਦਾ ਸੀ ਪੁਰਾਣਾ ਤੁਸੀਂ ਐਚ ਐਮਟੀ ਦਾ ਟਰੈਕਟਰ ਰੱਖਿਆ ਹੋਇਆ ਤੁਸੀਂ ਨਹੀਂ ਅੱਜ ਕੱਲ੍ਹ ਜੀਮੇਦਾਰਾਂ ਕੋਲ ਵੱਡੇ ਵੱਡੇ ਲੱਖਾਂ ਦੇ ਟਰੈਕਟਰ ਨੇ ਇਹ ਚੀਜ਼ਾਂ ਕਰ ਜਾਈ ਮੰਦ ਨੂੰ ਕਰ ਦਿੰਦੀਆਂ ਨੇ ਹੁਣ ਫਿਰ ਹਾਲ ਆਪਾਂ ਗੱਲ ਥੋੜੀ ਸਾਰੀ ਖੇਤੀਬਾੜੀ ਬਾਰੇ ਕੀਤੀ ਆ ਪਰ ਨਾਲ ਇਹ ਅਸੀਂ ਤੁਹਾਡੇ ਸੁਝਾਅ ਤੁਹਾਡੇ ਤਜਰਬੇ ਦੀ ਗੱਲ ਵੀ ਸਾਂਝੀ ਜਰੂਰ ਪਾਉਣੀ ਚਾਹਾਂਗੇ ਕਿਉਂਕਿ ਲੰਮਾਰਸਾ ਹੋ ਗਿਆ ਪਰ ਕੀ ਵਜ੍ਹਾ ਕਿ ਖੇਤੀ ਜਿਹੜੀ ਆ ਉਹ ਅੱਜ ਕੱਲ੍ਹ ਫਿਰ ਵੀ ਕੋਈ ਘੱਟ ਦਾ ਸੌਦਾ ਬਣਦੀ ਆ ਫਿਰ ਵੀ ਕਮਾਈ ਨਹੀਂ ਹੋ ਰਹੀ ਕੀ ਵਜ੍ਹਾ ਮੰਨਦੇ ਹੋ ਕਿਉਂ ਅੱਜ ਕਿਸਾਨ ਦੇ ਡਾ ਵਜ੍ਹਾ ਦੇਖੋ ਜੀ ਵਜ੍ਹਾ ਪਤਾ ਕੀ ਜੇ ਮੈਂ ਤੁਸੀਂ ਟਰੈਕਟਰ ਦੀ ਗੱਲ ਕੀਤੀ ਹੈ ਮਹਿੰਗੇ ਟਰੈਕਟਰ ਲੈ ਤਾਂ ਲੈਣੇ ਆ ਅੱਜ ਕੱਲ ਬੱਚਿਆਂ ਦਾ ਸ਼ੌਕ ਹੋ ਗਿਆ ਵੱਡੇ ਵੱਡੇ ਟਰੈਕਟਰ ਲੈਣ ਦਾ ਜੀ ਤੇ ਜਿੰਨੇ ਅਸੀਂ ਵੱਡੇ ਟਰੈਕਟਰ ਲੈ ਰਹੇ ਆ ਸਾਡੀ ਜ਼ਮੀਨ ਤਾਂ ਉਨੀ ਹੈ ਨਹੀਂ ਹੂੰ ਤੇ ਉਹ ਕਿਸ਼ਤਾਂ ਦੇ ਬਹੁਤ ਚੜਦੇ ਆ ਸਾਡੇ ਸਿਰ ਸਾਰੇ ਕਰਜ਼ੇ ਹੀ ਹੋ ਜਾਂਦੇ ਆ ਤੁਸੀਂ ਕਿਸ਼ਤਾਂ ਭਰੋਂਗੇ ਜਾਂ ਤੁਸੀਂ ਆਪਣੀ ਫਸਲ ਦਾ ਫਸਲ ਤੇ ਖਰਚਾ ਬਹੁਤ ਹੋ ਰਿਹਾ ਹੈ ਠੀਕ ਇਸ ਕਰਕੇ ਜਿਹੜੀ ਸੇਵਿੰਗ ਆ ਬਹੁਤ ਘਟ ਗਈ ਹੂੰ ਉਹ ਚੀਜ਼ਾਂ ਨੇ ਵੀ ਮੈਨੂੰ ਬਹੁਤ ਕੰਪਰੈਸ ਕਰਿਆ ਮੇਰੇ ਦਿਮਾਗ 'ਚ ਇਹ ਹੁੰਦਾ ਕਿ ਕਿਸ ਤੰਗ ਦੇ ਨਾਲ ਅਸੀਂ ਖਰਚੇ ਘਟਾਈਏ ਆਪਣੇ ਹੂੰ ਇਹ ਸਾਡੀ ਫਸਲ ਵੀ ਵੱਧ ਜਵੇ ਤੇ ਸਾਡੇ ਖਰਚੇ ਵੀ ਘਟ ਜਾਣ ਹੁਣ ਦੋਏਗਾ ਮੈਟਰਾਂ ਹੋ ਗਈਆਂ ਜੀ ਹੁਣ ਮੇਰਾ 10 ਸਾਲਾਂ ਵਿੱਚ ਜੇ ਮੈਂ ਘਟੋ ਘਟਰੀਲਾ ਮੇਰਾ 10 ਲੱਖ ਰੁਪਇਆ ਤੱਕ ਖਾਦਾਂ ਦਾ ਡਾ ਯੂਰੀ ਦਾ ਹੀ ਬਚਿਆ ਪਿਆ ਹੂੰ ਉਹੀ ਮੈਨੂੰ ਬੈਨੀਫਿਟ ਉਹੀ ਉਹੀ ਬੈਨੀਫਿਟ ਤੇ ਉਸ ਤੋਂ ਬਾਅਦ ਫਿਰ ਜਿਹੜੀ ਫਸਲ ਹੈ ਉਹਦਾ ਡੇਡਾ ਸਵਾਇਆ ਰੇਟ ਬਣ ਗਿਆ ਜੀ ਫਿਰ ਜੀ ਫਿਰ ਵੀ ਮੈਂ ਕੈਮੀਕਲ ਵਾਲਿਆਂ ਨੂੰ ਕਹਿੰਦਾ ਮੇਰੀ ਸੇਵਿੰਗ ਉਹਨਾਂ ਨਾਲੋਂ ਫੇਰ ਉੱਤੇ ਲੰਘ ਜਾਂਦੀ ਹੈ ਹੂੰ ਦੋਏ ਗੱਲਾਂ ਹੋ ਗਈਆਂ ਦੋ ਮੀਟਰ ਫਿਰ ਵੇਚਣ ਦਾ ਤੁਸੀਂ ਕਿਵੇਂ ਕਰਦੇ ਹੋ ਮਤਲਬ ਮਾਰਕੀਟਿੰਗ ਦੇਖੋ ਜੀ ਇੱਕ ਬਹੁਤ ਵੱਡੀ ਪ੍ਰੋਬਲਮ ਆ ਜਿਹਦੇ ਦਿਨ ਚ ਵੈਸੀ ਆਰਗੈਨਿਕ ਨੂੰ ਪਰ ਮੈਂ ਥੋੜੀ ਹਿੰਮਤ ਹਮਮਤ ਕਰਕੇ ਖੱਬੇ ਸੱਜੇ ਕਰਕੇ ਲੋਕਾਂ ਦੇ ਨਾਲ ਸੰਪਰਕ ਕਰਕੇ ਜੀ ਜਾਦਾ ਮੇਰੇ ਕੋਲ ਗੁੜ ਸ਼ੱਕਰ ਸੀ ਗੁੜ ਸ਼ੱਕਰ ਦੀ ਬਹੁਤ ਲੋੜ ਲੋਕੀ ਜਿਆਦਾ ਵਰਤਦੇ ਵੀ ਆ ਪਰ ਆਪਣਾ ਤਾਂ ਮਹਾਰਾ ਦੇ ਬਾਬੇ ਦੀ ਕਿਰਪਾ ਨਾਲ ਗੁੜ ਸ਼ੱਕਰ ਕਦੇ ਆਪਣਾ ਐ ਨਹੀਂ ਆ ਵੀ ਬਚ ਗਿਆ ਮੇਰੇ ਕੋਲ ਐਡਵਾਂਸਡ ਡਿਮਾਂਡ ਹੈ ਹੁਣ ਹੁਣ ਇਹ ਗੱਲ ਤਾਂ ਹੀ ਆ ਨਾ ਵੀ ਆਪਾਂ ਨੂੰ ਵੇਚਣਾ ਵੇਚਣਾ ਆ ਗਿਆ ਤਾਂ ਆਪਾਂ ਕੰਮ ਜਾਵਾਂ ਦਾ ਇਹੀ ਸਿੱਖਣ ਦੀ ਜ਼ਰੂਰਤ ਹੈ ਜਿਆਦਾ ਵੱਡੀ ਗੱਲ ਤੇ ਮੈਂ ਕੱਲ ਹੋਰ ਵੀ ਸੋ ਪੁੱਛਣੀ ਸੀ ਤੁਹਾਡੇ ਕੋਲ ਵੀ ਜਿਵੇਂ ਤੁਸੀਂ ਇਹ ਤਾਂ ਹੁਣ ਆਪਾਂ ਸੀਜ਼ਨਲੀਆਂ ਫਸਲਾਂ ਹੋ ਗਈਆਂ ਕਣਕ ਪਰੇ ਗੱਲ ਕੀਤੀ ਉਹ ਤੋਂ ਬਿਨਾਂ ਦੂਜੇ ਪਾਸੇ ਆਉਂਦਾ ਹਮੇਸ਼ਾ ਹੀ ਝੋਨਾ ਪਟੋਕਦੇ ਆ ਤਾਂ ਉਹਦੀ ਜਗ੍ਹਾ ਤੁਸੀਂ ਕੀ ਕੀ ਲਾਉਨੇ ਹੋ ਝੋਨੇ ਦੇ ਨਾਲ ਜਿਵੇਂ 3 ਏਕੜ ਦੀ ਜਗ੍ਹਾ ਆ ਉਹਦੇ ਵਿੱਚ ਕੀ ਕੀ ਕਰਦੇ ਹੋ ਝੋਨਾ ਦੀ ਦੇਖੋ ਝੋਨਾ ਤਾਂ ਸੀ ਆਪਣੇ ਕੋਲ ਹੁਣ ਉਸ ਵੇਲੇ ਬਰਸਾਤ ਆ ਹੁੰਦੀ ਹੈ ਠੀਕ ਆ ਸਾਡੇ ਥੋੜੇ ਜਿਹਾ ਪਾਣੀ ਦੀ ਪ੍ਰੋਬਲਮ ਆ ਇੱਥੇ ਪਾਣੀ ਬਾਹਰੋਂ ਵੀ ਥੋੜਾ ਜਿਹਾ ਆ ਜਾਂਦਾ ਏ ਓਕੇ ਜੇ ਮੈਂ ਸਬਜ਼ੀਆਂ ਲਾਉਣਾ ਮੈਂ ਇੱਕ ਦੋ ਵਾਰ ਦੇਖਿਆ ਮੱਕੀ ਵੀ ਨਹੀਂ ਕਾਮਯਾਬ ਹੁੰਦੀ ਕਿਉਂਕਿ ਪਾਣੀ ਮਾਰਦਾ ਏ ਠੀਕ ਆ ਤੇ ਆਪਾਂ ਸਬਜ਼ੀਆਂ ਨੂੰ ਵੀ ਉਹਦੀ ਮਾਰ ਪੈ ਜਾਂਦੀ ਏ ਹੂੰ ਹੂੰ ਜਾਂ ਤਾਂ ਹੁਣ ਮੈਂ ਸਾਰੇ ਖੇਤ ਦੇ ਵਿੱਚ ਬਾਉਂਡਰੀ ਕਰਾਂ ਤਿੰਨ ਤਿੰਨ ਫੁੱਟ ਦੀ ਹਾਈਟ ਲੈ ਲਵਾਂ ਕਿਸੇ ਚਾਰੇ ਪਾਸੇੋਂ ਪਾਣੀ ਨਾ ਵੜਨ ਦੀ ਉਹਦੇ ਵਿੱਚ ਖਰਚਾ ਵੱਧ ਜਾਂਦਾ ਏ ਜੀ ਤੋਂ ਆਮ ਮੈਨਲੀ ਮੈਨੂੰ ਮੈਂ ਜ਼ਿਆਦਾ ਕਰੀ ਬਾਸਮਤੀ ਲਾਉਣਾ ਹੂੰ ਹੂੰ ਬਾਸਮਤੀ ਤੋਂ ਪਹਿਲਾਂ ਮੈਂ ਇੱਕ ਹਰੀ ਖਾਦ ਦੀ ਕਿ ਜ਼ਰੂਰ ਮੈਂ ਲਾ ਲ ਵਜੂ ਰੁਪਈਆ ਤੇ ਚਲੋ ਖੈਰ ਤੁਹਾਡੀ ਫਸਲ ਪਾੜੀ ਬਾਰੇ ਆਪਾਂ ਨੇ ਗੱਲਬਾਤ ਕੀਤੀ ਪਰ ਮੈਂ ਥੋੜੀ ਜੀ ਸਾਂਹ ਤੁਹਾਡੀ ਲਾਈਫ ਬਾਰੇ ਪਾਉਣਾ ਚਾਹੂਗਾ ਕਿਉਂਕਿ ਹੁੰਦਾ ਨੇ ਇੱਕ ਤੁਸੀਂ ਜਿ ਕਿਹਾ ਵੀ ਸ਼ੁਰੂ ਤੋਂ ਹੀ ਖੇਤੀ ਕਰਦੇ ਆ ਪੰਜਾਬ ਦੇ ਲੋਕ ਤਾਂ ਆਪਣੇ ਨਾ ਨਾ ਡੀਐਨਏ ਖੂਨ ਦੇ ਵਿੱਚ ਹੀ ਆ ਪਰ ਤੁਸੀਂ ਜਿ ਮੈਂ ਜ਼ਿਕਰ ਕੀਤਾ ਸੀ ਤੁਸੀਂ ਗ੍ਰੀਸ ਵੀ ਗਏ ਸੀ ਕਿ ਉੱਥੇ ਨੇਵੀ ਚ ਵੀ ਤਕਰੀਬਨ ਤੁਸੀਂ 30 ਸਾਲ ਲਾਏ ਨੇ ਹਾਂਜੀ ਹਾਂਜੀ ਮਰਚੰਟ ਨੇਵੀ ਦੇ ਵਿੱਚ ਉਹ ਕਿਦਾਂ ਦਾ ਤਜਰਬਾ ਸੀ ਤੇ ਫਿਰ ਉਹ ਤੋਂ ਬਾਅਦ ਇੱਕਦਮ ਆ ਕੇ ਫਿਰ ਵਾਪਸ ਆ ਕੇ ਕੋਈ ਹੋਰ ਨੌਕਰੀ ਨਹੀਂ ਕੀਤੀ ਕਿ ਖੇਤੀ ਨੂੰ ਹੀ ਕਿਉਂ ਅਪਣਾਇਆ ਦੇਖੋ ਜੀ ਪਹਿਲੀ ਗੱਲ ਤਾਂ ਮਰਚੈਂਟ ਨੇ ਵੀ ਨੇ ਮੈਨੂੰ ਬਹੁਤ ਮੈਨੂੰ ਇਨਸਾਨੀਅਤ ਦੀ ਦੇਣ ਬੜੀ ਦਿੱਤੀ ਕਿ ਪਹੁੰਚ ਕੇ ਮੈਂ ਗਿਆ ਤੁਸੀਂ ਉੱਥੇ ਸਮੁੰਦਰ ਚ ਸਮੁੰਦਰ ਦੇ ਵਿੱਚ ਤਾਂ ਬੜੀ ਹੈਰਾਨੀ ਦੀ ਗੱਲ ਹੈ ਕਿ ਤੱਕ ਤੁਸੀਂ ਸਮੁੰਦਰ ਕਿਵੇਂ ਪਹੁੰਚ ਗਏ ਬਸ ਉਹ ਤਾਂ ਇੱਕ ਜਾਦੂ ਵਾਲੀ ਗੱਲ ਹੋਈ ਹੈ ਅੱਛਾ ਕਿਸਮਤ ਚੁੱਕ ਕੇ ਲੈ ਗਈ ਕੋਈ ਇਰਾਦਾ ਨਹੀਂ ਸੀ ਕਿ ਅਸੀਂ ਜਹਾਜ਼ ਵਿੱਚ ਜਾਵਾਂਗੇ ਬਸ ਅੱਗੇ ਅੱਗੇ ਮੇਲ ਹੋ ਗਿਆ ਏਜੰਟ ਮਿਲ ਗਿਆ ਪਹਿਲਾਂ ਦੁਬਈ ਜਾਣ ਦੀ ਵਿਚਾਰ ਸੀ ਉਹਦੇ ਕੋਲ ਫਿਰ ਗ੍ਰੀਸ ਲਈ ਉਹਨੇ ਸਾਨੂੰ ਦੱਸਿਆ ਕਿ ਉਹ ਇਲਾਕੇ ਠੰਡੇ ਆ ਜੀ ਉੱਥੇ ਇਸ ਤਨਖਾਹ ਜ਼ਿਆਦਾ ਹੈ ਤਨਫਦਾਈ ਇਹ ਵੀ ਜਦੋਂ ਤਨਖਾਹ ਦੀ ਗੱਲਾਂ ਦੇ ਦਿਮਾਗ ਫਿਰ ਜਾਂਦਾ ਬੰਦੇ ਦਾ ਉਹਦਾ ਰਿਸਕ ਲੈ ਲੈਂਦਾ ਹਮ ਪਰ ਫਿਰ ਅਸੀਂ ਇਸ ਪਾਸੇ ਨੂੰ ਐ ਜਿਆਦਾ ਅਪਣਾਇਆ ਮਤਲਬ ਮਰਚੈਂਟ ਨੇ ਵੀ ਠੀਕ ਮਰਚੈਂਟ ਨੇ ਵੀ ਜੇ ਇੱਕ ਤਾਂ ਕੰਟਰੀ ਬਹੁਤ ਦੇਖਣ ਨੂੰ ਮਿਲੇ ਹਮ ਦੁਨੀਆ ਦੀ ਸਾਇਰ ਬੜੀ ਹੋਈ ਅੱਛਾ ਮੈਂ ਰਾਉਂਡ ਦੀ ਵਰਲਡ ਪੂਰਾ ਮੇਰਾ ਜਿੰਦ ਧਰਤੀ ਗੋਲ ਕਹਿੰਦੇ ਪੂਰਾ ਲੱਗ ਚੁੱਕਿਆ ਹਮ ਤੇ ਵੱਡੇ ਵੱਡੇ ਵਧੀਆ ਕੰਟਰੀਆਂ ਦੇ ਵਿੱਚ ਜਿਵੇਂ ਹੁਣ ਯੂ ਐਸ ਏ ਹੈ ਕੈਨੇਡਾ ਹੈ ਅਮਰੀਕਾ ਹੈ ਯੂਰਪ ਦੇ ਸਾਰੇ ਕੰਟਰੀ ਮੇਰੇ ਟੱਚ ਕੀਤੇ ਹੋਏ ਆ ਠੀਕ ਆ ਤੇ ਇਧਰ ਜਾਪਾਨ ਵਗੈਰਾ ਕੋਰੀਆ ਇਧਰ ਆ ਏਸ਼ੀਅਨ ਕੰਟਰੀ ਵੀ ਜਿਹੜੇ ਟੌਪ ਦੇ ਆ ਸਿੰਗਾਪੁਰ ਵਗੈਰਾ ਹਾਂਗਕਾਂਗ ਹਰ ਮਤਲਬ ਮਹਾਰਾਜ ਨੇ ਕੋ ਮੇਰੇ ਭੁੱਖੇ ਨਹੀਂ ਰਹੀ ਕਿਸੇ ਪਾਸਿਓਂ ਜਿਹੜੀ ਨਹੀਂ ਦਿਖਾਈ ਤੇ ਉੱਥੇ ਦੀ ਮੈਂ ਖੇਤੀਬਾੜੀ ਵੀ ਜਿੱਥੇ ਕਿਤੇ ਮੈਨੂੰ ਮੌਕਾ ਮਿਲਦਾ ਸੀ ਮੈਂ ਖੇਤੀਬਾੜੀ ਵੀ ਦੇਖਦਾ ਸੀ ਹੂੰ ਫਿਰ ਮਾਨੂੰ ਆਉਂਦਾ ਸੀ ਯਾਰ ਅਸੀਂ ਤਾਂ ਬਹੁਤ ਪਿੱਛੇ ਆ ਸਾਡਾ ਤਾਂ ਬਹੁਤ ਅਸੀਂ ਲੇਟ ਆ ਸਾਡਾ ਸਿਸਟਮ ਬੜਾ ਖਰਾਬ ਹੈ ਬਈ ਖੇਤੀ ਸਾਡੀ ਉਸ ਲੈਵਲ ਦੀ ਨਹੀਂ ਹੈ ਜਿਸ ਲੈਵਲ ਦੀ ਇਹ ਕੰਟਰੀ ਕਰਦੇ ਆ ਹੂੰ ਤੇ ਵੈਸੇ ਖੇਤੀ ਦਾ ਸ਼ੌਕ ਮੈਨੂੰ ਬਚਪਨ ਤੋਂ ਸੀ ਕਿਉਂਕਿ ਮੈਨੂੰ ਮੈਂ 5-6 ਮੈਨੂੰ ਨਾਲ ਖੇਤੀ ਦੇ ਵਿੱਚ ਰੱਖਦੇ ਸੀ ਸਭ ਤੋਂ ਕੰਮ ਵੀ ਲੰਦੇ ਸੀ ਸਕੂਲ ਪੜ੍ਹਨ ਜਾਣਾ ਅਸੀਂ ਉਸ ਤੋਂ ਪਹਿਲਾਂ ਕੰਮ ਕਰਕੇ ਜਾਣਾ ਕਰਦਾ ਪੱਕੀ ਡਿਊਟੀ ਹੁੰਦੀ ਸੀ ਸਾਡੀ ਮੱਝਾਂ ਵੀ ਚਾਰੀਆਂ ਬਾਦ ਦੇ ਵਿੱਚ ਫਿਰ ਮੱਝਾਂ ਕਹਿੰਦੇ ਵੀ ਤੁਸੀਂ ਮੱਝਾਂ ਲੈ ਕੇ ਜਾਓ ਪੜ੍ਹਨੇ ਵਾਲਿਆਂ ਨੂੰ ਤੇ ਕਿਉਂਕਿ ਬਜ਼ੁਰਗ ਸਾਡੀ ਫੈਮਿਲੀ ਮਤਲਬ ਸਾਂਝੀ ਫੈਮਿਲੀ ਸੀ ਸਾਂਝਾ ਪਰਿਵਾਰ ਸੀ ਉਹ ਦੂਜਾ ਕੰਮ ਕਰਦੇ ਸੀ ਭਰਾ ਬਜ਼ੁਰਗ ਤੇ ਸਾਨੂੰ ਮੱਝਾਂ-ਮੱਝਾਂ ਤੇ ਫਿਰ ਚਾਰੀਆਂ ਉਹ ਵੀ ਉਹ ਵੀ ਕੰਮ ਕੀਤੇ ਨਹੀਂ 30 ਸਾਲ ਤੁਸੀਂ ਵਾਰਿਸ ਮੁੰਦਰ ਚ ਲਾ ਕੇ ਫਿਰ ਵਾਪਸ ਪਿੰਡ ਆ ਕੇ ਵੀ ਰਿਟਾਇਰਮੈਂਟ ਦੀ ਜਦੋਂ ਉਮਰ ਹੁੰਦੀ ਆ ਫਿਰ ਕਹਦੇ ਵੀ ਸਾਡੀ ਤਾਂ ਕਦੇ ਜੱਟਾਂ ਦੀ ਕਿ ਜ਼ਿੰਮੇਵਾਰਾਂ ਦੀ ਰਿਟਾਇਰਮੈਂਟ ਹੁੰਦੀ ਨਹੀਂ ਉਹ ਕਦੇ ਨਹੀਂ ਹੁੰਦੀ ਨਾਲਿਆਂ ਦੀ ਸਾਰੀ ਉਮਰੇ ਕੰਮ ਕਰ ਰਹੇ ਹਾਂ ਤੇ ਜਦ ਤੱਕ ਗੋਡੇ ਨਹੀਂ ਖੜਦੇ ਫਿਰ ਵੀ ਕਹ ਕੋਈ ਨਾ ਕੋਈ ਕੰਮ ਲਈ ਰੱਖਦੇ ਆ ਫਿਰ ਜਿੰਮਵਾਰੀ ਹੁੰਦੀ ਹੈ ਕੰਮ ਕਰਾਉਣ ਦੀ ਜੇ ਗੋਡੇ ਖੜ੍ਹੇ ਜਨੇ ਫਿਰ ਦੂਜਿਆਂ ਤੋਂ ਕੰਮ ਕਰਾਉਣ ਦੀ ਜਿੰਮਵਾਰੀ ਵਧ ਜਾਂਦੀ ਹੈ ਤੇ ਕਾਫੀ ਜਿੰਮੇ ਸਾਡਾ ਸਮਾਂ ਜੀ ਤਕਰੀਬਨ 30 ਮਿੰਟ ਦਾ ਹੀ ਹੁੰਦਾ ਤੇ ਚਲ ਜਿੰਨੀ ਅੱਕ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਬੜਾ ਆਨੰਦ ਆਇਆ ਤੇ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਲਈ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਜੀ ਸੋ ਇਸ ਹਨ ਸਾਡੇ ਨਾਲ ਸੱਜਣ ਸਿੰਘ ਜੀ ਜਿਨ੍ਹਾਂ ਨੇ ਆਪਣੇ ਕੁਦਰਤੀ ਖੇਤੀ ਦੇ ਤਜਰਬੇ ਦੀ ਸਾਡੇ ਨਾਲ ਸਾਂਝ ਪਾਈ ਹੈ ਕਿਉਂਕਿ ਜੇਕਰ ਅੱਜ ਅਸੀਂ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਹੈ ਤਾ ਆਪਾਂ ਨੂੰ ਖੇਤੀ ਕਰਨ ਦਾ ਢੰਗ ਤਰੀਕਾ ਬਦਲਣਾ ਪਵੇਗਾ ਕਿਉਂਕਿ ਇਹਨਾਂ ਨੇ ਖੇਤੀ ਉੱਤੇ ਆਉਣ ਵਾਲੇ ਖਰਚ ਨੂੰ ਘਟਾਇਆ ਤਾਂ ਆਪਣੀ ਆਪ ਜਿਹੜੀ ਉਸ ਦੀ ਕਮਾਈ ਵੀ ਆ ਉਹ ਵੱਧਦੀ ਹੈ ਕਿਉਂਕਿ ਬੜਾ ਹੀ ਖਰਚਾ ਜਿਹੜਾ ਰਿਹਾਂ ਸਪ੍ਰੇਹਾਂ ਤੇ ਪੰਜਾਬ ਦਾ ਕਿਸਾਨ ਕਰਦਾ ਵੱਡੀ ਗੱਲ ਤੇ ਇਹ ਹੈ ਕਿ ਇਹਨਾਂ ਤੋਂ ਬਿਮਾਰੀਆਂ ਵੀ ਜਨਮ ਲੈਂਦੀਆਂ ਨੇ ਸੋ ਅੱਜ ਕਿਸਾਨਾਂ ਨੂੰ ਆਪਣੀ ਖੇਤੀ ਬਦਲਣ ਦੀ ਲੋੜ ਆ ਕੁਦਰਤੀ ਖੇਤੀ ਵੱਲ ਆਉਣ ਦੀ ਲੋੜ ਆ ਪਰ ਅਸੀਂ ਸ਼ੁਰੂਆਤ ਆਪਾਂ ਥੋੜੀ ਥਾਂ ਤੋਂ ਹੀ ਕਰੀਏ ਸੋ ਉਮੀਦ ਕਰਦੇ ਹਾਂ ਕਿ ਬਾਬਾ ਜੀ ਬਲਜੀਤ ਸਿੰਘ ਦੀ ਜਾਣਕਾਰੀ ਕਿਸਾਨ ਵੀਰਾਂ ਦੇ ਲਈ ਕਾਫੀ ਜ਼ਿਆਦਾ ਲਾਹੇਵੰਦ ਹੋਵੇਗੀ। ਸੋ ਇਸੇ ਤਰ੍ਹਾਂ ਇੱਕ ਹੋਰ ਪ੍ਰੋਗਰਾਮ ਦੇ ਵਿੱਚ ਇੱਕ ਫੇਰ ਸਫਲ ਕਿਸਾਨ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਜਦ ਤੱਕ ਮੈਨੂੰ ਕਰਨਵੀਰ ਸਿੰਘ ਨੂੰ ਦੀ ਇਜਾਜ਼ਤ ਤੁਸੀਂ ਬਣੇ ਰਹੋਗੇ ਪੰਜਾਬ ਦੇ ਨਾਲ ਹਰ ਕਦਮ ਤੁਹਾਡੇ ਨਾਲ ਸਤਿ ਸ਼੍ਰੀ ਅਕਾਲ।